ਜਦੋਂ ਤੁਸੀਂ ਦਸਤਾਰ ਸਜਾਉਂਦੇ ਹੋ ਅੰਦਰੋਂ ਜਿਹੜਾ ਤੁਹਾਨੂੰ ਇੱਕ ਜੋਸ਼, ਪਤਾ ਹੀ ਨਹੀਂ ਬਸ ਵਾਹਿਗੁਰੂ ਦੀ ਕੋਈ ਕਿਰਪਾ ਹੁੰਦੀ ਆ, ਜੋ ਸੱਚੇ ਮਨ ਨਾਲ ਗੱਲ ਹੈ, ਮੈਂ ਉਹ ਗੱਲ ਫੀਲ ਕਰਦਾ ਜਦੋਂ ਮੈਂ ਦਸਤਾਰ ਸਜਾਉਂਦਾ, ਉਹ ਫਿਰ ਤੁਰਨ ਦੇ ਵਿੱਚ ਤੁਹਾਡੀ ਚਾਲ ਦੇ ਵਿੱਚ ਇੱਕ ਪਤਾ ਹੀ ਨਹੀਂ ਬਸ ਕੀ ਉਹ ਹੈ, ਉਹਦਾ ਤਾਂ ਸਵਾਦ ਹੀ ਅਲੱਗ ਹੈ। ਅੱਜ ਕੋਈ ਬੰਦੇ ਦੀ ਇੱਕ ਰੀਲ ਹਿੱਟ ਹੋ ਜਾਂਦੀ ਹੈ, ਮੈਂ ਉਹਨਾਂ ਦੇ ਟੈਂਟਰਮ, ਉਹਨਾਂ ਦੇ ਐਟੀਟਿਊਡ ਦੇਖ, ਬਿਲਕੁਲ ਬਿਲਕੁਲ ਬਿਲਕੁਲ, ਮੈਂ ਤਾਂ ਮਤਲਬ ਉਹਦੇ ਹਿਸਾਬ ਨਾਲ ਆਇਆ ਹੁੰਦਾ ਵੀ ਮੈਂ ਤਾਂ ਗੱਲ ਹੀ ਨਾ ਕਰਾਂ ਕਿਸੇ ਨਾਲ। ਮੇਰੇ ਰਿਸ਼ਤਿਆਂ ਨੂੰ ਲੈ ਕੇ ਜੀ ਮੇਰੇ ਤਜਰਬੇ ਬਹੁਤ ਵਧੀਆ ਨਹੀਂ ਰਹੇ ਹੈਗੇ, ਨਹੀਂ ਨਾ ਜਮੇ ਨਹੀਂ, ਧੋਖੇ ਹੀ ਖਾਧੇ ਨੇ, ਮੈਂ ਵਿਸ਼ਵਾਸ ਕਰ ਲੈਂਦਾ ਜਲਦੀ ਅਤੇ ਥੋੜ੍ਹਾ ਜਿਹਾ ਇਮੋਸ਼ਨਲ ਹਾਂ ਅਤੇ, ਪਰ ਮੈਂ ਇਹ ਕਹਿਣਾ ਜੀ ਮੈਂ ਦਸ ਦੇ ਵਿੱਚੋਂ ਐਜ਼ ਅ ਹਿਊਮਨ ਬੀਂਗ ਮੈਂ 9.5 ਨੰਬਰ ਦਾ ਮੈਂ ਆਪਦੇ ਆਪ ਨੂੰ ਦਿੰਦਾ। ਵੀ ਜੇ ਚੀਜ਼ਾਂ ਕਿਸੇ ਨੂੰ ਝੁਕਣਾ ਪਵੇ ਥੋੜ੍ਹਾ ਜਿਹਾ, ਜਾਂ ਆਪਾਂ ਜਿਸ ਤਰੀਕੇ ਨਾਲ ਵੀ ਜੇ ਮਤਲਬ ਸ਼ਰੀਕੇ ਬਾਜ਼ੀਆਂ ਦੀਆਂ ਰੰਜਿਸ਼ਾਂ ਨੇ, ਜੇ ਕੋਈ ਇੱਕ ਬੰਦਾ ਉਹਦੇ ਨਾਲ ਖਾਨਦਾਨ ਦੇ ਖਾਨਦਾਨ ਤਬਾਹ ਹੋ ਜਾਂਦੇ, ਵੀ ਇਹਨਾਂ ਚੀਜ਼ਾਂ 'ਚ ਨਫ਼ਰਤਾਂ 'ਚ ਕੁਛ ਨਹੀਂ ਰੱਖਿਆ। ਮੈਨੂੰ ਇੱਕ ਗੱਲ ਦੱਸੋ ਬਾਈ, ਉਦੋਂ ਪੈਸੇ ਕਿੰਨੇ ਕੁ ਮਿਲਦੇ ਸੀ ਗੀਤ ਦੇ? ਅਸੀਂ ਉੱਥੇ ਜੀ ਜੋ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਉਹ ਕਹਿੰਦੇ ਵੀ ਠੀਕ ਹੈ ਜੀ ਸਾਰਾ ਕੁਛ ਵੀ, ਪਰ ਮੇਲ ਮਾਡਲ ਦੇ ਲਈ ਪੇਮੈਂਟ ਨਹੀਂ ਹੈਗੀ। ਅੱਛਾ, ਵੀ ਤੁਹਾਨੂੰ ਸਾਰੀ ਚੀਜ਼ਾਂ ਮਿਲਣਗੀਆਂ, ਫ੍ਰੀ ਕਰਨਾ ਪਊਗਾ ਵੀ, ਹਾਂ ਬਜਟ ਨਹੀਂ ਹੈਗਾ ਉਹਦੇ ਲਈ। ਮੈਂ ਜੀ ਵੀ ਮੈਂ ਪੈਸੇ ਤਾਂ ਮੈਂ ਲਊਂਗਾ। ਉਹਨੇ ਉਹਨਾਂ ਨਾਲ ਗੱਲ ਕੀਤੀ ਜੀ ਵੀ ਅਸੀਂ ਇੱਦਾਂ ਤੇਲ ਤੂਲ ਲੱਗੂਗਾ, ਅਸੀਂ ਕਾਰ 'ਚ ਵੀ ਆਵਾਂਗੇ, ਹੈ ਨਾ, ਵੀ ਤੁਸੀਂ ਤੇਲ ਪਾਣੀ ਕਰ ਦਿਓ। ਉਹ ਪਹਿਲੀ ਉਹਦੇ ਗਾਣੇ ਦਾ 2500 ਰੁਪਇਆ, 2500 ਕਿਹੜਾ ਗਾਣਾ ਸੀ ਉਹ? ਉਹ ਸੀਗਾ ਜੀ ਤੇਰੀ ਤੋਰ ਨੇ ਪੱਟੇ ਮੁਟਿਆਰੇ ਜੱਟਾਂ ਦੇ ਪੁੱਤ। ਹਾਂ, ਬੜਾ ਮਸ਼ਹੂਰ ਗਾਣਾ ਹੋਇਆ ਉਹ। ਫਿਰ ਬੈਕ ਟੂ ਬੈਕ ਉਸ ਦੌਰ ਦੇ ਵਿੱਚ ਗਾਣੇ ਤੇ ਗਾਣਾ, ਗਾਣੇ ਤੇ ਗਾਣਾ। ਹਾਂਜੀ ਹਾਂਜੀ, ਮੈਂ ਉਦੋਂ ਮੈਨੂੰ ਲੱਗਦਾ ਜੀ 4-5 ਮਹੀਨੇ 'ਚ 60-70 ਗਾਣੇ ਸਿੱਟਦੇ ਸੀਗੇ ਲਗਾਤਾਰ ਲਗਾਤਾਰ। ਪਹਿਲੇ ਗਾਣੇ ਦੇ ਵਿੱਚ ਘੋੜੇ ਦੇ ਉੱਤੇ ਸ਼ੋਟ ਸੀਗਾ, ਉਹ ਕਹਿੰਦਾ ਘੋੜਾ ਚਲਾ ਲੈਂਦੇ, ਮੈਂ ਕਿਹਾ ਹਾਂਜੀ ਚਲਾ ਲੈਂਦੇ, ਮੈਂ ਕਦੇ ਬੈਠੇ ਹੀ ਨਹੀਂ ਸੀ ਘੋੜੇ ਤੇ। ਅੱਛਾ, ਹਾਂਜੀ ਹਾਂ, ਬਸ ਮੱਝਾਂ ਮੁੱਝਾਂ ਤੇ ਬੈਠੇ ਸੀ ਪਿੰਡਾਂ ਦੇ ਵਿੱਚ, ਘੋੜੇ ਦੇ ਨੀਚੇ ਤੇ ਬੈਠਿਆ। ਉਹ ਮੇਰੀ ਕਿਸਮਤ ਚੰਗੀ ਵੀ ਵਾਹਿਗੁਰੂ ਜੀ ਨੇ ਵਿਆਹ ਵਾਲੀ ਘੋੜੀ ਭੇਜਤੀ, ਮੜਕ ਮੜਕ ਕੇ ਚੱਲੇ ਆਪਾਂ ਨੂੰ ਆਪਾਂ ਆਰਾਮ ਨਾਲ ਬੈਠੇ ਹਾਂ। ਪੰਜਾਬੀ ਸਿਨੇਮੇ ਦੀਆਂ ਆਪਣੀਆਂ ਸਮੱਸਿਆਵਾਂ ਨੇ, ਨਵੇਂ ਬੰਦਿਆਂ ਦੀ ਅਤੇ ਉਹਨਾਂ ਬੰਦਿਆਂ ਦੀ ਜਿਹੜੇ ਚੰਗਾ ਕੰਟੈਂਟ ਕ੍ਰੀਏਟ ਕਰਨਾ ਚਾਹ ਰਹੇ ਹੈ, ਇੱਥੇ ਘੱਟ ਥਾਂ ਲੱਗਦੀ ਹੈ, ਜਾਂ ਤਾਂ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾਂਦਾ, ਜਾਂ ਕੰਮ ਦੇ ਤਰੀਕਿਆਂ ਨਾਲ ਐਗਜ਼ਿਸਟਿੰਗ ਸਟਰਕਚਰ ਹੈ ਜਿਹੜਾ ਉਹ ਸਹਿਮਤ ਨਹੀਂ ਹੈਗਾ, ਉਹ ਫਿੱਟ ਹੀ ਨਹੀਂ ਬੈਠਣ ਦਿੰਦਾ। ਅੱਜ ਗੱਲ ਇੱਕ ਐਸੀ ਫਿਲਮ ਦੀ ਕਰਾਂਗੇ ਜਿਹੜੀ ਸਿਨੇਮਾ ਹਾਲਸ ਦੇ ਵਿੱਚ ਆਈ, ਜਿਸ ਨੂੰ ਤੁਹਾਡੇ ਹੁੰਗਾਰੇ ਦੀ ਲੋੜ ਹੈ, ਔਰ ਇਹ ਚਾਹੁੰਦੇ ਹੈ ਕਿ ਉਸ ਫਿਲਮ ਦੇ ਰਾਹੀਂ ਚੰਗੇ ਕੰਟੈਂਟ ਦਾ ਜਿਹੜਾ ਮੈਸੇਜ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਖਾ ਖਾ ਖੀ ਖੀ ਔਰ ਫੂਡ ਕਮੇਡੀ ਵਾਲੇ ਦੌਰ 'ਚੋਂ ਨਿਕਲ ਕੇ ਅਸੀਂ ਵੀ ਸਾਊਥ ਵਰਗਾ ਜਾਂ ਅਸੀਂ ਨੈੱਟਫਲਿਕਸ ਦੇ ਪੱਧਰ ਦਾ ਸਿਨੇਮਾ ਬਣਾਈਏ, ਅਤੇ ਫਿਰ ਇੱਕ ਕਦਮ ਪਹਿਲੀ ਪੌੜੀ ਤਾਂ ਪੱਟਣੀ ਪਊ ਨਾ, ਬੈਠੇ ਬਿਠਾਏ ਤਾਂ ਸਿਖਰ 'ਤੇ ਪਹੁੰਚਦੇ ਨਹੀਂ। ਗੱਲ ਅੱਜ ਗੈਵੀ ਚਹਿਲ ਹੋਣਾ ਦੇ ਨਾਲ ਕਰਾਂਗੇ। ਬਾਈ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੀਰੇ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸੰਗਰਾਂਦ ਤਾਂ ਸਾਡੀ ਜ਼ਿੰਦਗੀ ਦਾ ਬੜਾ ਆਮ ਜਿਹਾ ਕਾਮਨ ਸ਼ਬਦ ਹੈ, ਪਰ ਮਹੱਤਤਾ ਬਹੁਤ ਵੱਡੀ ਹੈ ਇਹਦੀ। ਜੀ ਜੀ, ਆਏ ਮਹੀਨੇ ਸੰਗਰਾਂਦ ਮੇਰੀ ਮਾਂ ਨਾਲ ਜੁੜਿਆ, ਮੇਰੇ ਬਾਪ ਨਾਲ ਜੁੜਿਆ, ਮੇਰੇ ਗੁਰੂ ਘਰ ਨਾਲ ਜੁੜਿਆ। ਸੰਗਰਾਂਦ ਕਿਉਂ? ਸੰਗਰਾਂਦ ਤੋਂ ਬਿਨਾਂ ਜੀ ਮੈਨੂੰ ਲੱਗਦਾ ਸਾਡੀ ਫਿਲਮ ਦਾ ਹੋਰ ਵਧੀਆ ਟਾਈਟਲ ਹੋ ਹੀ ਨਹੀਂ ਸਕਦਾ। ਨਾਮ ਦੇ ਵਿੱਚ ਐਡੀ ਪੋਜ਼ਿਟਿਵਿਟੀ, ਜਿਵੇਂ ਤੁਸੀਂ ਕਿਹਾ ਵੀ ਇੱਦਾਂ ਆਪਣੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਨਾਮ ਇਹ, ਹੈ ਨਾ। ਤਾਂ ਸਾਡੀ ਜਿਹੜੀ ਫਿਲਮ ਦਾ ਇੱਕ ਮੈਸੇਜ ਹੈਗਾ ਗਾ, ਇੱਕ ਤਾਂ ਅਸੀਂ ਵੈਸੇ ਹੀ ਇਹਦੇ ਵਿੱਚ
ਆਪਾਂ ਜਨਵਰੀ ਫਰਵਰੀ ਬਥੇਰੇ ਵਾਰੀ ਸੁਣਿਆ ਹੈ ਨਾ ਜੀ, ਆਪਾਂ ਨੂੰ ਹਮੇਸ਼ਾ ਕਿਹਾ ਜਾਂਦਾ ਵੀ ਜੀ ਤੁਸੀਂ ਆਪਣੇ ਕੋਈ ਜਦੋਂ ਆਪਾਂ ਰੀਜਨ ਦੀ ਗੱਲ ਕਰਦੇ ਹਾਂ ਵੀ ਪੰਜਾਬੀ ਫਿਲਮ ਬਣਾਉਣ ਲੱਗੇ ਵੀ ਉਹਦੇ ਵਿੱਚੋਂ ਸਾਡੀ ਪੰਜਾਬੀਅਤ ਝਲਕੇ, ਸਾਡਾ ਕਿਤੇ ਵਿਰਸਾ ਝਲਕੇ। ਸੋ ਇਹਦੇ ਵਿੱਚ ਆਪਾਂ ਦੇਸੀ ਮਹੀਨੇ ਵਰਤੇ ਨੇ ਜੀ, ਮੌਸਮਾਂ ਦੇ ਹਿਸਾਬ ਨਾਲ ਰਿਸ਼ਤੇ ਕਿਵੇਂ ਬਦਲਦੇ ਨੇ ਉਹ ਇੱਕ ਟੈਕਨੀਕਲ ਚੀਜ਼ ਹੈਗੀ ਹੈ। ਉਹਦੇ ਵਿੱਚ ਡਾਇਲੋਗ ਵੀ ਹੈਗਾ ਵੀ ਜਿਵੇਂ ਧਰਤੀ ਸਾਰੀਆਂ ਰੁੱਤਾਂ ਨੂੰ ਹੰਢਾਉਂਦੀ ਆ, ਉਵੇਂ ਇਨਸਾਨ ਦੁੱਖ ਤੇ ਸੁੱਖ ਝੱਲਦਾ, ਪਰ ਉਹਦੀ ਰਜ਼ਾ 'ਚ ਰਹਿ ਕੇ ਜ਼ਿੰਦਗੀ ਜਿਉਣਾ ਹੀ ਅਸਲੀ ਸੰਗਰਾਂਦ ਹੈ। ਵਾਹ, ਦੇਸੀ ਮਹੀਨੇ ਦੇ ਪਹਿਲੇ ਦਿਨ ਆਪਾਂ ਸੰਗਰਾਂਦ ਮਨਾਉਂਦੇ ਹਾਂ ਜੀ, ਗੁਰੂ ਘਰ ਜਾ ਕੇ ਇੱਕ ਚੇਤ ਥੋੜੇ ਦਿਨ ਪਹਿਲਾਂ ਹੀ ਨਵਾਂ ਸਾਲ ਆਪਾਂ ਮਨਾਇਆ। ਹਾਂਜੀ ਹਾਂਜੀ, ਤੇ ਉੱਦਾਂ ਹੀ ਬਸ ਇਹੀ ਹੈ ਜੀ ਵੀ ਜਿਵੇਂ ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ, ਆਪਾਂ ਗੁਰੂ ਘਰ ਜਾਂਦੇ ਹਾਂ ਪਹਿਲੇ ਦਿਨ ਅਰਦਾਸ ਕਰਦੇ ਹਾਂ ਵੀ ਸਾਡਾ ਪੂਰਾ ਮਹੀਨਾ ਵਧੀਆ ਬੀਤੇ। ਸੋ ਉਵੇਂ ਜੀ ਸਾਡੀ ਫਿਲਮ ਦਾ ਮੈਸੇਜ ਇਹੀ ਹੈ ਵੀ ਸਾਰੀਆਂ ਚੀਜ਼ਾਂ ਜਿਵੇਂ ਵੀ ਹੁੰਦੀਆਂ ਨੇਗੀਆਂ, ਉਹ ਕਈ ਵਾਰੀ ਰਿਸ਼ਤਿਆਂ ਦੇ ਉੱਤੇ ਬਹੁਤ ਗੱਲ ਕਹੀ ਗਈ ਹੈ, ਬਹੁਤ ਕੜਵਾਹਟ ਆਉਂਦੀਆਂ ਨੇ ਜਾਂ ਕੁਛ ਵੀ ਹੈ, ਮੈਂ ਰਿਸ਼ਤਿਆਂ ਨੂੰ ਅਹਿਮੀਅਤ ਦਿੰਦਾ, ਉਹਦੀ ਗੱਲ ਅਸੀਂ ਫਿਲਮ ਦੇ ਵਿੱਚ ਕਹੀ ਹੈ ਵੀ ਜੇ ਚੀਜ਼ਾਂ ਕਿਸੇ ਨੂੰ ਝੁਕਣਾ ਪਵੇ ਥੋੜ੍ਹਾ ਜਿਹਾ, ਜਾਂ ਆਪਾਂ ਜਿਸ ਤਰੀਕੇ ਨਾਲ ਵੀ ਜੇ ਮਤਲਬ ਸ਼ਰੀਕੇ ਬਾਜ਼ੀਆਂ ਦੀਆਂ ਰੰਜਿਸ਼ਾਂ ਨੇ, ਜੇ ਕੋਈ ਇੱਕ ਬੰਦਾ ਉਹਦੇ ਨਾਲ ਖਾਨਦਾਨ ਦੇ ਖਾਨਦਾਨ ਤਬਾਹ ਹੋ ਜਾਂਦੇ, ਵੀ ਇਹਨਾਂ ਚੀਜ਼ਾਂ 'ਚ ਨਫ਼ਰਤਾਂ 'ਚ ਕੁਛ ਨਹੀਂ ਰੱਖਿਆ, ਇੱਕ ਆਪਣੀ ਵਧੀਆ ਜ਼ਿੰਦਗੀ ਬਿਤਾਓ। ਤੇ ਥੋੜ੍ਹਾ ਇਹਨੂੰ ਐਕਸਪਲੇਨ ਕਰੋ, ਸ਼ਰੀਕੇ ਬਾਜ਼ੀ ਹੈ ਪਰ ਦੋ ਪਰਿਵਾਰ ਨੇ, ਦੋ ਹੀ ਭਰਾ ਨੇ ਜੀ, ਤੇ ਹੁਣ ਉਹਨਾਂ ਦੇ ਗਾਂ ਪੁੱਤ ਨੇ ਜੀ, ਇੱਕ ਲੈ ਕੇ ਆਇਆ ਟਰੈਕਟਰ ਵੱਡਾ ਤੇ ਦੂਜਾ ਵੀ ਕਹਿੰਦਾ ਮੇਰੇ ਖੜਾ ਹੋਵੇ, ਇੱਕ ਨੇ ਚੁਬਾਰਾ ਉੱਚਾ ਪਾਇਆ, ਦੂਜਾ ਪੈਸੇ ਨਾ ਵੀ ਹੁਣ ਮਿਸਤਰੀ ਲਾ ਬੈਂਦਾ। ਸਹੀ ਗੱਲ ਹੈ ਜੀ, ਹੈਂ ਸਹੀ ਗੱਲ ਹੈ। ਏਦਾਂ ਹੀ ਚੀਜ਼ਾਂ ਨੇ, ਇਹਦੇ ਵਿੱਚ ਵੀ ਇਹੀ ਹੈ ਵੀ ਹੁਣ ਸਰਪੰਚੀ ਦੀ ਗੱਲ ਹੁੰਦੀ ਹੈ ਵੀ ਭਾਈ ਪਿੰਡ ਦਾ ਮੋਢੀ ਆ, ਪਹਿਲਾਂ ਪਿਓ ਹੈ ਫਿਰ ਅੱਗੇ ਮੁੰਡਾ ਆਇਆ, ਜੋ ਵੀ ਉਹਨਾਂ ਦੀ ਮਤਲਬ ਸਾਡੀ ਫਿਲਮ ਦੀ ਜਿਹੜੀ ਕਹਾਣੀ ਹੈਗੀ ਹੈ ਨਾ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਉਹ ਦੁਸ਼ਮਣੀਆਂ ਦੇ ਵਿੱਚ ਬਹੁਤ ਕਤਲ ਹੁੰਦੇ ਨੇ ਚੀਜ਼ਾਂ, ਰਿਸ਼ਤੇ ਟੁੱਟਦੇ ਨੇ, ਆਪਸ 'ਚ ਸਾਂਝ ਨਹੀਂ ਹੈਗੀ, ਪਰਿਵਾਰਾਂ ਦੇ ਪਰਿਵਾਰ ਬਿਖਰ ਜਾਂਦੇ ਨੇ, ਪਰ ਵੀ ਇਹਨਾਂ ਚੀਜ਼ਾਂ ਨੂੰ ਆਮ ਘਰਾਂ ਤੋਂ ਲਈ ਇਹ ਕਹਾਣੀ, ਇਹ ਅਸਲ ਦੇ ਵਿੱਚ ਜੀ ਇੱਕ ਸੱਚੀ ਕਹਾਣੀ ਹੈ, ਸੱਚੀ ਕਹਾਣੀ ਹੈ। ਹਾਂਜੀ ਹਾਂ, ਇਹ ਸੱਚੀ ਕਹਾਣੀ ਆ, ਤੇ ਰਾਈਟਰ ਇੰਦਰ ਨੇ ਇਸ ਦੇ, ਉਹ ਉਹਨਾਂ ਦੇ ਪਿੰਡ ਦੇ ਵਿੱਚ ਇਹ ਹਾਦਸਾ ਹੋਇਆ ਸੀ। ਇਹ ਹੁਣ ਸੱਚੀ ਕਹਾਣੀ ਆਇਆ ਵੀ ਉਹ ਇੰਨੇ ਮਸ਼ਹੂਰ ਜਦੋਂ ਨਾਮ ਹੁੰਦਾ ਫਿਰ ਬਾਇਓਪਿਕ ਬਣ ਜਾਂਦੀ ਹੈ ਜਾਂ ਬੰਦਾ ਕਹਿੰਦਾ ਜੀ ਸੱਚੀ ਕਹਾਣੀ ਹੈ। ਸੋ ਪਰ ਉਹ ਘਟਨਾ ਤੋਂ ਪ੍ਰੇਰਿਤ ਇੱਦਾਂ ਦੀਆਂ ਚੀਜ਼ਾਂ ਉਹ ਪਰਿਵਾਰ ਦੇ ਵਿੱਚ ਹੋਈਆਂ ਸੀਗੀਆਂ, ਸੋ ਉੱਥੋਂ ਇਹਨਾਂ ਨੇ ਇਹ ਫਿਲਮ ਚੁਣੀ ਹੈ। ਬਾਈ ਤੁਹਾਨੂੰ ਇਸੇ ਰੂਪ 'ਚ ਹੀ ਦੇਖਿਆ, ਪਰ ਮੈਂ ਟ੍ਰੇਲਰ ਦੇਖਿਆ ਤਾਂ ਪੱਗ ਬੰਨੀ ਹੋਈ ਨਜ਼ਰ ਆਈ ਤੁਹਾਡੇ, ਉਹ ਅਹਿਸਾਸ ਕੀ ਸੀ? ਉਹ ਤਾਂ ਜੀ ਬਾਕਮਾਲ ਹੈ ਪੱਗ, ਹੁਣ ਮੈਂ ਥੋੜ੍ਹਾ ਜਦੋਂ ਧਰਮ ਦੀ ਗੱਲ ਆਉਂਦੀ ਹੈ ਮੈਂ ਜ਼ਿਆਦਾ ਡੂੰਘਾਈ 'ਚ ਜਾਂਦਾ ਨਹੀਂ ਜੀ, ਹੁਣ ਸਿੱਖ ਪਰਿਵਾਰ ਨੂੰ ਮੈਂ ਸੰਬੰਧ ਰੱਖਦਾ ਨਹੀਂ। ਪੱਗ ਇੱਕ ਬਹੁਤ ਵੱਡੀ ਰਿਸਪੋਂਸੀਬਿਲਿਟੀ ਹੈ, ਜੋ ਤੁਸੀਂ ਦਸਤਾਰ ਸਜਾਉਂਦੇ ਹੋ ਅੰਦਰੋਂ ਜਿਹੜਾ ਤੁਹਾਨੂੰ ਇੱਕ ਜੋਸ਼, ਪਤਾ ਹੀ ਨਹੀਂ ਬਸ ਵਾਹਿਗੁਰੂ ਦੀ ਕੋਈ ਕਿਰਪਾ ਹੁੰਦੀ ਆ, ਜੋ ਸੱਚੇ ਮਨ ਨਾਲ ਗੱਲ ਹੈ, ਮੈਂ ਉਹ ਗੱਲ ਫੀਲ ਕਰਦਾ ਜਦੋਂ ਮੈਂ ਦਸਤਾਰ ਸਜਾਉਣਾ, ਉਹ ਫਿਰ ਤੁਰਨ ਦੇ ਵਿੱਚ ਥੋੜੀ ਚਾਲ ਦੇ ਵਿੱਚ ਇੱਕ ਪਤਾ ਹੀ ਨਹੀਂ ਬਸ ਕੀ ਉਹ ਹੈ, ਉਹਦਾ ਤਾਂ ਸਵਾਦ ਹੀ ਅਲੱਗ ਹੈ। ਸੋ ਪਰ ਮੈਂ ਜੀ ਬਦਕਿਸਮਤ ਆ ਵੀ ਮੈਂ ਉਹ ਚੀਜ਼ ਨੂੰ ਨਹੀਂ ਕਰ ਸਕਿਆ। ਪਰ ਇਹ ਤੁਸੀਂ ਆਪ ਬੰਨੀ ਕਿ ਜਿਵੇਂ ਅੱਜ ਕੱਲ੍ਹ ਆਰਟਿਸਟ ਹੁੰਦੇ ਆ ਪੱਗ ਬੰਨਣ ਵਾਲੇ ਮੁੰਡੇ ਬਹੁਤ, ਨਹੀਂ ਉਹ ਮੈਂ ਬਣਵਾਈ ਕਿਉਂਕਿ ਮੈਨੂੰ ਇੱਕ ਟਿਪੀਕਲ ਚੀਜ਼ ਚਾਹੀਦੀ ਸੀ ਪੁਰਾਣੇ ਵਾਲੀ। ਅੱਛਾ, ਫਿਰ ਇੱਕ ਇਹ ਚੀਜ਼ ਹੁੰਦੀ ਹੈ ਜੀ ਵੀ ਉੱਥੇ ਟਾਈਮ ਦਾ ਇੰਨਾ ਜ਼ਿਆਦਾ ਹੁੰਦਾ ਨਾ ਪੱਗ ਬੰਨਣ ਨੂੰ, ਤਾਂ ਖੈਰ ਕਿਉਂਕਿ ਮੈਂ ਪੱਗ ਬੰਨਣ ਨੂੰ ਆਪਾਂ ਬਹੁਤ ਟਾਈਮ ਲਾਉਂਦੇ। ਵੈਸੇ ਤੁਸੀਂ ਬੰਨ ਲੈਂਦੇ ਹੋ? ਹਾਂਜੀ ਹਾਂਜੀ, ਹਾਂ ਮੈਂ ਪੱਗ ਬੰਨੀ ਆ, ਬਹੁਤ ਦੇਰ ਬੰਨੀ ਆ, ਹੁਣ ਵੀ ਐਨ ਹੱਥ ਟਿਕਿਆ ਹੋਇਆ, ਟਿਕਿਆ ਹੋਇਆ ਹੱਥ। ਹਾਂਜੀ ਹਾਂ, ਪੱਗ ਮੈਂ ਬਹੁਤ ਸੋਹਣੀ ਬੰਨਦਾ, ਮੈਨੂੰ ਤਾਂ ਸੋਹਣੀ ਲੱਗਦੀ ਆ, ਤੇ ਪਹਿਲੀ ਵਾਰੀ ਮੈਂ ਪੱਗ ਬਣਵਾਈ ਹੈ, ਪਹਿਲੀ ਵਾਰੀ। ਅੱਛਾ, ਹਾਂਜੀ ਹਾਂ, ਤਾਂ ਉਹਦੇ ਕਈ ਰੀਜ਼ਨ ਸੀਗੇ ਪੱਗ ਬਣਵਾਉਣ ਦੇ, ਤਾਂ ਕਰਕੇ ਕੈਰੇਕਟਰ ਦੀ ਡਿਮਾਂਡ ਸੀਗੀ, ਕੈਰੇਕਟਰ ਦੀ ਡਿਮਾਂਡ ਸੀਗੀ ਜੀ ਵੀ ਪੱਗ ਬੰਨੀ ਹੋਵੇ ਉੱਥੇ। ਪੱਗ ਬੰਨੀ ਹੋਵੇ, ਉਹੀ ਹੈ ਨਾ ਵੀ ਉਹ ਕਿੱਦਾਂ ਸਫ਼ਰ ਸਾਹਿਬ ਮੇਰੇ ਕਿਰਦਾਰ ਦਾ ਨਾਮ ਹੈ। ਹਾਂ, ਸਫ਼ਰ ਸਾਹਿਬ, ਸਾਹਿਬ ਹਾਂਜੀ। ਇਹ ਨਾਂ ਕਿਵੇਂ, ਬੜਾ ਯੂਨੀਕ ਜਿਹਾ ਨਾਂ।
ਸਾਹਿਬ ਬਸ ਜੀ ਉਹ ਆਪਣੇ ਉਹਨਾਂ ਨੇ ਰਾਈਟਰ ਉਹਨਾਂ ਨੇ ਇਹ ਨਾਮ ਰੱਖਿਆ ਵਿੱਚ ਮੇਰਾ ਖੁਦ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ। ਜਦੋਂ ਮੈਨੂੰ ਮੇਰੇ ਕਿਰਦਾਰ ਦਾ ਨਾਮ ਪਤਾ ਲੱਗਿਆ ਮੈਨੂੰ ਸੋਹਣਾ ਲੱਗਿਆ ਵੀ ਬਹੁਤ ਪਿਆਰਾ ਨਾਮ। ਤੁਹਾਡਾ ਵੈਸੇ ਪਿੰਡ ਕਿਹੜਾ, ਕਿੱਥੋਂ ਦੇ ਹੋ ਤੁਸੀਂ? ਅਲੀ ਸ਼ੇਰ ਖੁਰਦ ਪਿੰਡ ਹੈ ਜੀ ਮੇਰਾ, ਜ਼ਿਲ੍ਹਾ ਮਾਨਸਾ। ਮਾਨਸੇ ਜ਼ਿਲ੍ਹੇ ਦੇ ਹੋ? ਮਾਨਸੇ ਜ਼ਿਲ੍ਹੇ ਦੇ। ਉਦੋਂ ਬਠਿੰਡਾ ਹੁੰਦਾ ਸੀਗਾ, ਮਾਨਸਾ ਬਾਅਦ 'ਚ ਬਣਿਆ, ਤਾਂ ਪਹਿਲਾਂ ਬਠਿੰਡੇ ਵਾਲੇ ਕਹਿੰਦੇ ਹੁੰਦੇ ਸੀਗੇ, ਹਾਂ, ਹੁਣ ਪੀਵੀ ਕੱਤੀ ਵਾਲੇ ਮਾਨਸਾ ਵਾਲੇ। ਹੁਣ ਤੁਸੀਂ ਆਪਦੇ ਆਪ ਨੂੰ ਮਾਨਸੇ ਵਾਲਾ ਕਹਿ ਕੇ ਜ਼ਿਆਦਾ ਮਾਣ ਮਹਿਸੂਸ ਕਰਦੇ ਹੋ। ਹੁਣ ਤਾਂ ਗੱਲ ਵੀ ਹੋਰ ਹੋ ਗਈ ਕਿ ਇੱਕ ਤਾਂ ਜ਼ਮਾਨਾ ਸੀ ਨਾ ਵੀ ਕਹਿੰਦੇ ਸੀ ਇਹ ਤਾਂ ਬੈਕਵਰਡ ਨੇ ਬਹੁਤ ਇਹਨਾਂ ਨੂੰ। ਹਾਂਜੀ ਹਾਂਜੀ, ਆਪਾਂ ਨੂੰ ਹਮੇਸ਼ਾ ਇਹੀ ਗੱਲ ਕਹੀ ਹੈ ਵੀ ਮਾਨਸੇ ਵਾਲੇ ਵੀ ਬੋਲਣ ਦਾ, ਹੁਣ ਵੀ ਖੈਰ ਆਪਣੀ ਥੋੜ੍ਹੀ ਜਿਹੀ ਜਦੋਂ ਕਈ ਵਾਰੀ ਕੋਈ ਆਪਣੀ ਭਾਸ਼ਾ 'ਚ ਉਹ ਠੇਠ ਗੱਲ ਕਰਦੇ ਆ ਉਹ ਕਹਿੰਦੇ ਯਾਰ ਬਾਈ ਤੂੰ ਵੀ ਦੇਸੀ ਹੋਈ ਹੈ ਬਾਈ, ਦੇਸੀ ਹੋਈ ਹੈ। ਸੋ ਨਹੀਂ, ਅਦਰਵਾਈਜ਼ ਕੀ ਆ ਵੀ ਹੁਣ ਚਲੋ ਉੱਦਾਂ ਦੇ ਲੋਕਾਂ 'ਚ ਰਹਿਣ ਲੱਗ ਗਏ ਜਾਂ ਪਤਾ ਲੱਗ ਗਿਆ ਥੋੜ੍ਹਾ ਜਿਹਾ ਸਫਿਸਟੀਕੇਟ ਹੋ ਜਾਈਦਾ ਵੀ ਗੱਲ ਸਲੀਕੇ ਨਾਲ। ਫਿਰ ਮਾਨਸਿਓ ਕਿਵੇਂ ਉੱਠ ਕੇ ਇਸ ਲੈਵਲ ਤੇ ਬਾਈ, ਪਿੰਡੋਂ ਕਿਵੇਂ ਉੱਠ ਕੇ ਆਏ? ਇਹੀ ਹੋਇਆ ਵੀ ਬਸ ਕਿਤੇ ਲਿਖਿਆ ਹੋਇਆ ਸੀਗਾ ਤੇ ਮੰਮੀ ਡੈਡੀ ਮੇਰੇ ਮਤਲਬ ਉਹ ਪੜ੍ਹਾਈ ਵਾਲੇ ਕਿਤੇ ਸੀਗੇ, ਟੀਚਰ ਸੀ। ਹਾਂਜੀ ਹਾਂ, ਡੈਡੀ ਮੇਰੇ ਰਿਟਾਇਰ ਪ੍ਰਿੰਸੀਪਲ ਰਿਟਾਇਰ ਹੋਏ ਨੇ ਜੀ, ਪ੍ਰਿੰਸੀਪਲ ਸੀਗੇ ਉਹ। ਉਹਨਾਂ ਨੂੰ ਇਹ ਸੀ ਬੱਚੇ ਪੜ੍ਹਨ ਤੇ ਉਹਦੇ ਕਰਕੇ ਅਸੀਂ ਪਟਿਆਲੇ ਸ਼ਿਫਟ ਹੋ ਗਏ, ਉਦੋਂ ਮੈਂ 7ਵੀਂ 'ਚ ਸੀਗਾ। ਅੱਛਾ। ਹਾਂਜੀ, ਤੇ ਉਦੋਂ ਆਪਣੇ ਇਹ ਕਲਚਰ ਹੁੰਦਾ ਜੀ ਜੇ ਕੁੜੀ ਆ ਤਾਂ ਡਾਕਟਰ, ਮੁੰਡਾ ਤਾਂ ਇੰਜੀਨੀਅਰ। ਬਿਲਕੁਲ, ਇਹ ਰਿਹਾ ਉਹ ਦੌਰ। ਹਾਂਜੀ, ਤਾਂ ਉਦੋਂ ਮੈਂ ਮਕੈਨੀਕਲ ਇੰਜੀਨੀਅਰ ਹਾਂ ਜੀ। ਅੱਛਾ, ਤੇ ਕਿੱਥੋਂ ਕੀਤੀ? ਗੁਰਦਾਸਪੁਰ ਤੋਂ ਜੀ। ਤੇ ਕਿੱਥੇ ਕਿੱਥੇ ਦਾ ਪਾਣੀ ਨਸੀਬ ਕੀਤਾ? ਦੇਖੋ ਤੁਸੀਂ ਮਾਨਸਿਓਂ, ਪਟਿਆਲੇ, ਪਟਿਆਲਿਓਂ ਸਿੱਧਾ ਮਾਝੇ ਜਾ ਵੱਜੇ ਗੁਰਦਾਸਪੁਰ। ਸੋ 6ਵੀਂ 'ਚ ਮੈਂ ABC ਸਿੱਖੀ। ਫਿਰ ਉਹ ਫੋਰਸੇਬਲੀ ਗਿਆ ਵੀ ਪੇਰੈਂਟਸ ਚਾਹੁੰਦੇ ਸੀਗੇ ਵੀ ਨਹੀਂ ਇੰਜੀਨੀਅਰ ਬਣ ਤੂੰ, ਉਦੋਂ ਪਤਾ ਹੀ ਨਹੀਂ ਸੀ। ਓਏ ਮਾਣ ਜਿਹਾ ਵੀ ਹੁੰਦਾ ਸੀ ਉਦੋਂ, ਪੀਅਰ ਪ੍ਰੈਸ਼ਰ ਬੜਾ ਸੀਗਾ। ਜੀ ਜੀ ਜੀ, ਸਾਡੀ ਕੁੜੀ ਡਾਕਟਰੀ ਕਰਦੀ ਹੈ, ਮੁੰਡਾ ਇੰਜੀਨੀਅਰਿੰਗ ਕਰਦਾ ਹੈ ਸਾਡਾ। ਸੋ ਮੇਰੇ ਲਈ ਤਾਂ ਉਹ ਇੱਕ ਟੈਗ ਸੀਗਾ ਜੀ। ਹਾਂ, ਤੁਸੀਂ ਦੇਖੋ 10ਵੀਂ ਤਾਂ ਹੀ ਪੰਜਾਬੀ ਐਨ, ਹੁਣ +1-2 ਇੰਗਲਿਸ਼ 'ਚ ਨਹੀਂ ਪੜ੍ਹੀ? ਨਾ ਨਾ ਨਾ, ਮੈਂ ਤਾਂ ਦੇਸੀ ਆਪਣੇ ਸਰਕਾਰੀ ਸਕੂਲਾਂ ਵਾਲਾ ਜੀ। ਅੱਛਾ, ਸਰਕਾਰੀ ਪੜ੍ਹੇ ਹੋ? ਹਾਂਜੀ ਹਾਂ, ਮੈਂ ਤਾਂ ਲੱਗਦੇ ਐਂ ਜਿਵੇਂ ਬੰਬੇ ਦਾ ਸਿਸਟਮ ਲੱਗਦਾ ਤੁਹਾਡਾ। ਨਹੀਂ, ਹੁਣ ਥੋੜਾ ਜਿਹਾ ਚਲੋ ਵੀ ਟਾਈਮ, ਇੰਨੇ ਸਾਲਾਂ ਤੋਂ ਤੁਹਾਨੂੰ ਦੇਖਦੇ ਆਏ ਨਾ, ਸਾਨੂੰ ਤਾਂ ਇਹੀ ਮਹਿਸੂਸ ਜਿਹਾ ਹੁੰਦਾ ਵੀ ਸ਼ਾਇਦ ਇਹ ਸਲਮਾਨ ਤੇ ਸ਼ਾਹਰੁਖ ਦੇ ਨਾਲ ਹੀ ਬਾਈ ਪਲਿਆ ਪੁਲਿਆ ਨਹੀਂ ਵੱਡੇ ਹੋਏ ਤਾਂ। ਆਪਣਾ ਕੀ ਕਹਿੰਦੇ ਨੇ, ਉਹੀ ਆਪਣੇ ਰਿਓ ਵਾਲੇ ਦੋ ਥੈਲੇ, ਇੱਕ 'ਚ ਇੱਕ ਦਾ ਬਸਤਾ ਤੇ ਇੱਕ ਨੂੰ ਵਿਛਾ ਕੇ ਉੱਤੇ ਬਹਿ ਜਾਣਾ, ਉਹੀ ਛੱਪੜ ਦੇ ਵਿੱਚ ਸਕੂਲ ਦੇ ਵਿੱਚ ਫੱਟੀਆਂ ਚੋਪੀਆਂ ਪੋਚੀਆਂ ਨੇ ਗੀਆਂ, ਕਲਮਾਂ ਘੜੀਆਂ ਨੇ ਤੋੜ ਕੇ ਆਪ ਉਹਦੇ ਨਾਲ ਬਲੇਡ ਦੇ ਨਾਲ, ਫਿਰ ਉਹ ਸਿਆਹੀ ਪਕਾਉਂਦੇ ਹੁੰਦੇ ਸੀਗੇ ਦਵਾਤ ਦਵਾਤ ਹਨਾ ਆਲੇ ਵਿੱਚ, ਬੇਬੇ ਡੁੱਲ ਜਾਂਦੀ ਸੀ ਉਹ ਕਈ ਵਾਰੀ। ਉਹਨੂੰ ਮੈਨੂੰ ਯਾਦ ਆ, ਉਹਨੂੰ ਕਰਕੇ ਨਾ ਫਿਰ ਵੀ ਆਲੇ ਵਿੱਚ ਬੇਬੇ ਮੇਰੀ ਸਿਆਹੀ ਲੇਬੇ, ਏਦਾਂ ਕਰਕੇ ਉਹ ਲੇਬੇ ਵੀ ਗਾੜੀ ਗਾੜੀ। ਸੋ ਉਹ ਸਾਰੀਆਂ ਚੀਜ਼ਾਂ ਜੀ, ਮੈਂ ਤਾਂ ਉਹੀ ਗੱਲ ਕਰਦਾ ਵੀ ਕਿਸਮਤ 'ਚ ਲਿਖਿਆ ਸੀਗਾ ਵਾਹਿਗੁਰੂ ਜੀ ਨੇ ਇੱਥੇ ਤੱਕ। ਫਿਰ ਗੁਰਦਾਸਪੁਰੋਂ ਉਦੋਂ ਹੀ ਡਿਸਾਈਡ ਕਰ ਲਿਆ ਸੀ, ਜਿਮ ਜੁਮ ਕਰਨ ਲੱਗ ਗਏ ਸੀ ਉੱਥੇ? ਜਿਮ ਦਾ ਹਾਂਜੀ, ਮੈਨੂੰ ਵੈਸੇ ਸ਼ੌਕ ਸੀਗਾ, ਪਰ ਮੈਂ ਗੇਮਸ ਦੇ ਵਿੱਚ ਜੇ ਕਿਤੇ ਘਰਦਿਆਂ ਨੇ, ਖੈਰ ਮੈਂ ਉਹਨਾਂ ਨੂੰ ਨਹੀਂ, ਹੁਣ ਮੈਂ ਘਰਦੇ ਨੇ ਕਿ ਉਹਨਾਂ ਨੂੰ ਆਪਾਂ ਕਿਸੇ ਨੂੰ, ਕਿਉਂਕਿ ਮਾਪਾ ਹਮੇਸ਼ਾ ਬੱਚਿਆਂ ਦੀ ਭਲਾਈ ਵਿੱਚ ਆਉਂਦੇ, ਤਜਰਬੇ ਹੁੰਦੇ ਬਿਲਕੁਲ, ਹੈ। ਪਰ ਖੇਡਾਂ ਦੇ ਵਿੱਚ ਜੇ ਹੁੰਦੇ ਮੈਨੂੰ ਲੱਗਦਾ ਕਾਫੀ, ਕਿਉਂਕਿ ਇੱਕ ਨਾ ਗੋਡ ਗਿਫਟਡ ਜਿਵੇਂ ਹੁੰਦਾ ਹੈਗਾ ਜੀ, ਮੈਂ ਆਪਣੇ ਆਪ ਨੂੰ ਮੰਨਦਾ। ਮੈਂ ਇੰਡੀਆ ਲਈ ਕਬੱਡੀ ਖੇਡਿਆ ਜੀ, ਤੇ ਸਟੇਟ ਲੈਵਲ ਦੇ ਉੱਤੇ ਬਾਸਕਟਬਾਲ, ਵਾਲੀਬਾਲ, ਡਿਸਟ੍ਰਿਕਟ ਲੈਵਲ ਦੇ ਉੱਤੇ ਮੈਂ ਕ੍ਰਿਕਟ ਖੇਡਿਆ ਹੋਇਆ ਜੀ, ਤੇ ਸਾਰੀਆਂ ਖੇਡਾਂ ਜੀ, ਬਣ ਗਏ ਐਕਟਰ। ਤੇ ਨਹੀਂ, IPL ਖੇਡਦੇ ਹੁੰਦੇ? ਹੁਣ ਅੱਜ ਇਸ ਵੇਲੇ ਮੈਚ ਚੱਲੀ ਜਾਂਦਾ ਜਦੋਂ ਆਪਾਂ ਰਿਕਾਰਡ ਕਰੀ ਜਾਂਦੇ ਹਾਂ, ਅਸੀਂ ਉੱਥੇ ਪੰਜਾਬ CCL ਖੇਡਦੇ ਹਾਂ, CCL ਖੇਡਦੇ ਹੋ ਮੈਨੂੰ ਪਤਾ ਤੁਸੀਂ। ਹਾਂ ਜੀ, ਤੇ ਬਸ ਉਹੀ ਹੈ ਜੀ, ਕਿਸਮਤ ਦੇ ਵਿੱਚ ਇੱਧਰ ਆਉਣਾ ਲਿਖਿਆ ਸੀਗਾ ਤੇ ਬਸ ਹੋ ਗਿਆ ਜੀ। ਕਿਉਂਕਿ ਪੜ੍ਹਾਈ ਦਾ ਉਦੋਂ ਨਾ ਜਦੋਂ 11ਵੀਂ 12ਵੀਂ ਦੇ ਵਿੱਚ ਅੰਗਰੇਜ਼ੀ ਆਈ, ਉਹ ਤੱਕ ਤਾਂ ਸਾਰੀ ਪੰਜਾਬੀ ਸੀਗੀ। ਤੇ 10ਵੀਂ ਤੱਕ ਜਮਾਂ ਪੰਜਾਬੀ ਪੜ੍ਹੀ? ਜਮਾਂ ਹੀ ਪੰਜਾਬੀ। ਫਿਰ ABC ਕਦੋਂ ਸਿੱਖੀ? 6ਵੀਂ 'ਚ।
ਛੇਵੀਂ ਸਿੱਖੀ, ਉਦੋਂ ਆਪਣੇ ਸਰਕਾਰੀ ਸਕੂਲਾਂ ਛੇਵੀਂ ਸਿਖਾਉਂਦੇ ਸੀ, ਫਿਰ ਪਲੱਸ ਵਨ ਪਲੱਸ ਟੂ ਜਦੋਂ ਲਈ ਆਹ ਨੋਨ ਮੈਡੀਕਲ, ਫਿਰ ਉਹ ਤਾਂ ਪੂਰੀ ਇੰਗਲਿਸ਼ ਚ ਹੋਣੀ, ਅੰਗਰੇਜ਼ੀ ਸੀ ਹਾਂ ਉਹ ਫਿਰ ਬਹੁਤ ਔਖਾ, ਪਰ ਉਹ ਮੈਂ ਹੁਸ਼ਿਆਰ ਸੀਗਾ ਪੜ੍ਹਨ ਦੇ ਵਿੱਚ, ਹਾਂ ਤੇ ਬਸ ਫਿਰ ਰੱਟੇ ਰੁੱਟੇ ਲਾ ਕੇ ਪੜ੍ਹੀ ਜਾਂਦੇ ਏਦਾਂ ਹੈ ਨਾ। ਸੋ ਫਿਰ ਉਦੋਂ ਤਾਂ ਇਹੀ ਸੀਗਾ ਵੀ ਚਲੋ ਪਾਸ ਹੋ ਜਾਈਏ, ਉਦੋਂ ਤਾਂ ਇੰਨਾ ਕੁ ਉਹ ਸੀਗਾ। ਤੇ ਫਿਲਮਾਂ ਦਾ ਸਬੱਬ ਕਿਵੇਂ ਬਣਿਆ ਫਿਰ? ਫਿਲਮਾਂ ਦਾ ਜੀ ਮੈਂ ਆਪਣੇ ਨਾ ਇੱਕ, ਹੁਣ ਤਾਂ ਖੈਰ ਬਹੁਤ ਜਨਰੇਸ਼ਨ ਅਵੇਅਰ ਹੋ ਗਈ, ਮੇਰੇ ਵੇਲੇ ਉਦੋਂ ਇੱਕ ਸ਼ਬਦ ਹੁੰਦਾ ਸੀ ਮਾਡਲਿੰਗ ਕਰ ਲਓ, ਹਾਈਟ ਸੀਗੀ, ਕਹਿੰਦੇ ਯਾਰ ਤੂੰ ਮਾਡਲਿੰਗ ਕਰ ਲੈ ਭੰਗੜਾ। ਸੱਚ ਮੈਂ ਬਹੁਤ, ਮੈਂ ਨੌਰਥ ਜ਼ੋਨ ਕਲਚਰ ਸੈਂਟਰ ਮੈਂ ਕੈਪਟਨ ਵੀ ਰਿਹਾ, ਮੈਨੂੰ ਇੱਕ ਜੇ ਇਸ ਕਿੱਤੇ ਦੇ ਨਾਲ ਕੋਈ ਗੱਲ ਹੈਗੀ ਤਾਂ ਮੈਂ ਕੀ ਕਹਿੰਦੇ ਨੇਗੇ ਭੰਗੜੇ ਦਾ ਮੈਨੂੰ ਸ਼ੌਕ ਸੀਗਾ। ਉਹ ਮੈਂ ਮੇਰੇ ਨਾਲ ਬਾਰਵੀਂ ਦੇ ਵਿੱਚ ਮੁੰਡਾ ਹੁੰਦਾ ਸੀ ਆਸ਼ੀਸ਼ ਸ਼ੁਕਲਾ, ਉਹ ਬਹੁਤ ਸੋਹਣਾ ਭੰਗੜਾ ਪਾਉਂਦਾ ਹੁੰਦਾ ਸੀਗਾ ਉੱਥੋਂ। ਮੈਂ ਯਾਰ ਮੈਨੂੰ, ਸਾਡੀ ਕੈਮਿਸਟਰੀ ਦੀ ਲੈਬ ਸੀਗੀ, ਹਾਂ, ਤੇ ਉਹ ਮੈਂ ਮੂੰਹ ਦੇ ਉਹਦੇ ਤਾਲ ਉਹ ਵਜਾਉਂਦਾ ਸੀ ਦਿਨ ਤੱਕ ਏਦਾਂ ਕਰਕੇ। ਅਸੀਂ ਜਦੋਂ ਛੁੱਟੀ ਹੁੰਦੀ ਅਸੀਂ ਉੱਥੇ ਚਲੇ ਜਾਂਦੇ ਕੈਮਿਸਟਰੀ ਲੈਬ ਦੇ ਵਿੱਚ, ਦੂਰ ਹੁੰਦੀ ਸੀ, ਖਾਲੀ ਹੁੰਦਾ ਸੀਗਾ, ਉੱਥੇ ਮੈਂ ਉਹ ਤੋਂ ਭੰਗੜਾ ਸਿੱਖਿਆ। ਅੱਛਾ। ਉਹਦੇ ਤੇ ਫਿਰ ਸਾਡੇ ਟ੍ਰਾਇਲ ਹੋਏ, ਫਿਰ ਮੈਂ ਸਕੂਲ ਦੀ ਟੀਮ ਚ ਸਿਲੈਕਟ ਹੋ ਗਿਆ, ਬਸ ਫਿਰ ਪੂਰੀਆਂ ਧਮਾਲਾਂ ਪਾਈਆਂ ਜੀ। ਭੰਗੜਾ, ਕਬੱਡੀ, ਕ੍ਰਿਕਟ, ਬਾਸਕਟਬਾਲ, ਹਾਂਜੀ, ਫਿਰ ਮਾਡਲਿੰਗ, ਹਾਂਜੀ ਹਾਂਜੀ, ਫਿਰ ਫਿਲਮਾਂ ਹਾਂਜੀ, ਬਸ ਮਾਡਲਿੰਗ ਤੋਂ ਉੱਥੋਂ ਸ਼ੁਰੂ ਕੀਤਾ। ਮਤਲਬ ਮੈਨੂੰ ਲੱਗਦਾ ਗਾਣਿਆਂ ਦਾ ਦੌਰ ਕਿੱਡਾ ਕਮਾਲ ਸੀਗਾ ਜਦੋਂ ਗਾਣਿਆਂ ਦੇ ਵਿੱਚ ਮਾਡਲਸ ਲਏ ਜਾਂਦੇ ਸੀਗੇ, ਹਾਂਜੀ ਹਾਂਜੀ, ਤੇ ਹੌਲੀ ਹੌਲੀ ਸਿੰਗਰ ਆਪ ਰਿਪਲੇਸ ਕਰ ਗਏ ਫਿਰ। ਹਾਂਜੀ ਹਾਂ, ਮੈਂ ਜਿੰਨੇ ਵੀ ਹੁਣ ਆਪਣੇ ਉਦੋਂ ਥੋੜਾ ਜਿਹਾ ਨਾਮ ਬਣ ਗਿਆ ਸੀਗਾ, ਦਲਜੀਤ ਬਾਈ ਉਹਨਾਂ ਨੇ ਪਹਿਲਾ ਗਾਣਾ ਸੀ ਇਕੱਠਿਆਂ ਨੇ ਕੀਤਾ, ਉਹਨਾਂ ਦਾ ਜਿਹੜੀ ਸਭ ਤੋਂ ਪਹਿਲਾਂ ਸੀਗਾ, ਉਦੋਂ ਆਏ ਸੀ ਵੀ ਹਾਂ ਉਹਨੂੰ ਲੈ ਲਓ ਵੀ ਚਲੋ ਚੱਲਦਾ ਹੈ ਨਾ। ਸੋ ਸਾਰੀ ਉਹ ਗੋਲਡਨ ਪੀਰੀਅਡ ਸੀ ਬਾਈ। ਹਾਂ ਬਹੁਤ ਵਧੀਆ ਸੀਗਾ ਜੀ, ਬਹੁਤ ਵਧੀਆ। ਉਦੋਂ ਮੈਨੂੰ ਆਏ ਆ ਵੀ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ ਟੌਪ 10, ਤੇ ਸਤੀਸ਼ ਕੌਸ਼ਿਕ ਜੀ ਉਹਨੂੰ ਹੋਸਟ ਕਰਦੇ ਹੁੰਦੇ, ਬਿਲਕੁਲ, ਉਹ ਦਸਾਂ ਦੇ ਵਿੱਚੋਂ ਸੱਤ ਗਾਣੇ ਮੇਰੇ ਹੁੰਦੇ ਸੀਗੇ। ਉਹ ਵੀ ਦੌਰ ਸੀ ਹੈ। ਹਾਂਜੀ ਹਾਂ, ਉਦੋਂ ਤਾਂ ਮਤਲਬ ਫਿਰ ਕਦੋਂ ਮਹਿਸੂਸ ਹੋਇਆ ਵੀ ਗੈਵੀ ਯਾਰ ਸਟਾਰ ਬਣ ਗਿਆ ਹੁਣ ਤੂੰ, ਮਤਲਬ ਪੇਰੈਂਟਸ ਨੇ ਜਦੋਂ, ਹੈ ਕਦੇ ਸਟਾਰ ਵਾਲੀ ਤਾਂ ਨਹੀਂ, ਖੈਰ ਮੈਨੂੰ ਜੀ ਨਹੀਂ, ਪਰ ਇੱਕ ਬੰਦਾ ਜਦੋਂ ਮਸ਼ਹੂਰ ਹੋ ਜਾਂਦਾ ਤਾਂ ਉਦੋਂ ਤੁਹਾਨੂੰ ਪਹਿਲੀ ਵਾਰੀ ਅਹਿਸਾਸ ਹੁੰਦਾ ਯਾਰ ਵੀ ਹੁਣ ਵੱਡਾ ਹੋ ਗਿਆ ਕੰਮ। ਮੈਨੂੰ, ਮੈਂ ਓਨੈਸਟਲੀ ਦੱਸਾਂ ਜੀ, ਮੈਨੂੰ ਅੱਜ ਤੱਕ ਨਹੀਂ ਲੱਗਿਆ ਉਹ ਚੀਜ਼ ਨਹੀਂ ਲੱਗਦੀ ਕਦੇ ਵੀ, ਮੈਂ ਉਹੀ ਹਾਂ ਜੀ ਜਿਹੜਾ ਮੈਂ ਪਹਿਲਾਂ ਸੀਗਾ, ਅੱਜ ਵੀ ਉਹੀ ਹਾਂ, ਕਦੇ ਨਹੀਂ ਆਏ ਹੁੰਦਾ। ਹੁਣ ਥੋੜ੍ਹੀ ਬਹੁਤ ਕਦੇ ਕਰ ਲਈਦੀ ਆ, ਨਹੀਂ ਮੈਂ ਕਦੇ ਕੋਈ ਬਾਊਂਸਰਸ ਨਾਲ ਜਾਂ ਕੋਈ ਸਿਕਿਉਰਿਟੀ ਨਹੀਂ ਚੱਲਦੇ, ਮੈਂ ਇੱਦਾਂ ਹੀ ਨਿਕਲ ਜਾਂਦਾ, ਮੈਂ ਚੱਪਲਾਂ ਪਾਈ ਫਿਰਦਾ ਹੁੰਦਾ ਜੀ, ਪਰ ਮੈਨੂੰ ਸਾਰੇ ਕਹਿੰਦੇ ਨੇ ਵੀ ਭਾਈ ਨਹੀਂ ਥੋੜ੍ਹਾ ਜਿਹਾ, ਕਿਉਂਕਿ ਕੀਮਤ ਵੈਲਿਊ ਉਸੇ ਦੀ ਪੈਂਦੀ ਹੈ ਜੀ। ਹਾਂ, ਨਹੀਂ ਅਦਰਵਾਈਜ਼ ਤੁਹਾਨੂੰ ਗਰੰਟਡ ਲੈ ਲਿਆ ਜਾਂਦਾ ਵੀ ਯਾਰ ਇਹ ਜਦੋਂ ਦਸਾਂ ਚੋਂ ਸੱਤ ਗੀਤ ਚੱਲਦੇ ਰਹੇ ਉਦੋਂ ਵੀ ਕਦੇ ਐਂ ਨਹੀਂ ਕੀਤਾ। ਨਹੀਂ ਨਹੀਂ ਉਦੋਂ ਤਾਂ ਜਮਾ ਹੀ ਨਹੀਂ ਸੀਗਾ, ਹੁਣ ਤਾਂ ਫਿਰ ਵੀ ਥੋੜ੍ਹਾ। ਮੈਨੂੰ ਇੱਕ ਗੱਲ ਦੱਸੋ ਬਾਈ, ਉਦੋਂ ਪੈਸੇ ਕਿੰਨੇ ਕੁ ਮਿਲਦੇ ਸੀ ਗੀਤ ਦੇ? ਪੈਸੇ ਖੈਰ ਜੇ ਹੁਣ ਕੰਪੇਅਰ ਕਰੀਏ ਪਰ ਉਦੋਂ ਲੱਗਦੇ ਸੀ ਘੱਟ। ਇਹਦਾ ਵੀ ਕਿੱਸਾ ਹੈਗਾ, ਸਭ ਤੋਂ ਪਹਿਲਾ ਗਾਣਾ ਰਿੰਪੀ ਪ੍ਰਿੰਸ ਡਾਇਰੈਕਟਰ ਸੀ, ਚਲੋ ਮੈਂ ਹੁਣ ਨਾਮ ਲੈ ਤਾਂ ਲੈਣਾ ਨਹੀਂ ਸੀ ਕਿਉਂਕਿ ਕਿੱਸਾ ਇਹ ਜਾਏਗਾ, ਤੇ ਉਦੋਂ ਉਹਦੀ ਵੀ ਇੱਕ ਕਹਾਣੀ ਹੈ, ਬਹੁਤ ਲੰਬੀ ਹੋ ਜੂਗੀ, ਵੀ ਮੈਂ ਕਿਵੇਂ ਇੱਧਰ ਆਇਆ ਸੀ। ਇੱਕ ਭੰਗੜੇ ਵਾਲਾ ਮੁੰਡਾ ਸੀ, ਉਹਦੀ ਇੱਕ ਪਰਸਨਲ ਕਿਸੇ ਨਾਲ ਈਗੋ ਸੀਗੀ, ਉਹ ਮਾਡਲ ਬਣਨਾ ਚਾਹੁੰਦਾ ਸੀਗਾ, ਉਹ ਬਣਿਆ ਨਹੀਂ। ਉਹ ਗਾਣਿਆਂ ਦੇ ਵਿੱਚ ਇੱਕ ਮੁੰਡਾ ਸਾਡੇ ਪਟਿਆਲੇ ਕਲੱਬ 'ਚ ਹੁੰਦਾ ਸੀ, ਉਹਨੂੰ ਕਹਿੰਦਾ ਯਾਰ ਮੈਂ ਮਾਡਲ ਬਣਨਾ, ਉਹ ਕਹਿੰਦਾ ਐਸੇ ਥੋੜ੍ਹਾ ਬਣ ਜਾਤੇ, ਉਹਨੇ ਕੋਈ ਹਿੰਦੀ ਕੰਮ ਕੀਤਾ ਹੋਣਾ। ਅੱਛਾ, ਉਹਦੇ ਦਿਲ 'ਤੇ ਲੱਗੀ, ਉਹਨੂੰ ਪਤਾ ਨਹੀਂ ਕੀ ਹੋਇਆ, ਕਹਿੰਦਾ ਵੀਰੇ ਮੈਨੂੰ ਲੱਗਦਾ ਵੀ ਤੂੰ ਕਰ ਲਏਗਾ ਥਲਾ, ਕਹਿੰਦਾ ਇਹਨੂੰ ਨਹੀਂ ਤੂੰ ਹੋਣਾ ਚਾਹੀਦਾ ਵੀਰੇ, ਕਹਿੰਦਾ ਉਹ ਗਾਣਾ ਦੇਖ ਰਹੇ ਨੇ ਇੱਕ ਮੁੰਡੇ ਨੂੰ ਵੀ ਤੁਸੀਂ ਮਿਲ ਲਓ। ਉਹ ਕਿਤੇ ਗੱਲਬਾਤ ਕੀਤੀ, ਇੱਥੇ ਚੰਡੀਗੜ੍ਹ ਅਸੀਂ ਆਏ, ਉਦੋਂ ਆਪਾਂ ਸ਼ੋਪਿੰਗ ਕਰ ਲਈ ਆਉਂਦੇ ਹੁੰਦੇ ਸੀ ਵੀ ਚੰਡੀਗੜ੍ਹ ਚੱਲਿਆ ਵੀ ਇੱਕ ਸਟੇਟਸ ਹੁੰਦਾ ਹੈ ਨਾ, ਤਾਂ ਘਰੇ ਇਹ ਕਹਿ ਕੇ ਅਸੀਂ ਇੱਥੇ ਆ ਗਏ ਚੰਡੀਗੜ੍ਹ ਆ ਗਏ, ਤੇ ਲਾਲੀ ਬਿੱਟੂ ਖਰੌੜ ਮੇਰੇ ਦੋਸਤ ਸੀਗੇ ਨਾਲ ਸੀਗੇ, ਤੇ ਅਸੀਂ ਉੱਥੇ ਜੀ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ, ਉਹ ਕਹਿੰਦੇ ਵੀ ਠੀਕ ਹੈ ਜੀ ਸਾਰਾ ਕੁਛ ਵੀ, ਪਰ ਮੇਲ ਮਾਡਲ ਦੇ ਲਈ ਪੇਮੈਂਟ ਨਹੀਂ ਹੈਗੀ। ਅੱਛਾ, ਵੀ ਤੁਹਾਨੂੰ ਸਾਰੀ ਚੀਜ਼ਾਂ ਮਿਲਣਗੀਆਂ, ਫ੍ਰੀ ਕਰਨਾ ਪਊਗਾ ਵੀ, ਹਾਂ ਬਜਟ ਨਹੀਂ ਹੈਗਾ ਉਹਦੇ ਲਈ।
ਮੈਂ ਜੀ ਮੈਂ ਪੈਸੇ ਤਾਂ ਮੈਂ ਲਾਊਂਗਾ ਤੇ ਉਹ ਮੇਰੇ ਨਾਲ ਦਾ ਕਹਿੰਦਾ ਵੀ ਯਾਰ ਤੂੰ ਕੰਮ ਮਿਲੀ ਜਾਂਦਾ ਇੰਨਾ ਵੱਡਾ ਉਹ ਮੈਨੂੰ ਇੰਨਾ ਹੈ ਨਹੀਂ ਸੀਗਾ ਵੀਰੇ ਵੀ ਮੈਂ ਕੋਈ ਟੀਵੀ 'ਚ ਆਊਂਗਾ ਜਾਂ ਕੁਛ ਮੈਨੂੰ ਇੰਨਾ ਜਿੱਦ ਪਕਾਉਣ ਨੂੰ ਚਲੇ ਗਏ ਉਹੀ ਹਾਂਜੀ ਹਾਂ ਤੇ ਉਹ ਬਾਅਦ ਦੇ ਵਿੱਚ ਕਹਿੰਦਾ ਵੀ ਤੂੰ ਰੁਕ ਕਹਿੰਦਾ ਮੈਂ ਗੱਲ ਕਰਦਾ ਨਹੀਂ ਕਹਿੰਦਾ ਉਹਨੇ ਉਹਨਾਂ ਨਾਲ ਗੱਲ ਕੀਤੀ ਜੀ ਵੀ ਸੀ ਇੱਦਾਂ ਤੇਲ ਤੂਲ ਲੱਗੂਗਾ ਅਸੀਂ ਕਾਰ 'ਚ ਵੀ ਆਵਾਂਗੇ ਹੈ ਨਾ ਵੀ ਤੁਸੀਂ ਤੇਲ ਪਾਣੀ ਕਰ ਦਿਓ ਉਹ ਪਹਿਲੀ ਉਹਦੇ ਗਾਣੇ ਦਾ 2500 ਰੁਪਇਆ 2500 ਕਿਹੜਾ ਗਾਣਾ ਸੀ ਉਹ ਸੀਗਾ ਜੀ ਤੇਰੀ ਤੋਰ ਨੇ ਪੱਟੇ ਮੁਟਿਆਰੇ ਜੱਟਾਂ ਦੇ ਪੁੱਤ ਸਾਹਿਬ ਬੜਾ ਮਸ਼ਹੂਰ ਗਾਣਾ ਹੋਇਆ ਉਹ ਤੋਂ ਬਾਅਦ ਜਿਹੜਾ ਤੁਸੀਂ ਸਟਾਰ ਵਾਲੀ ਗੱਲ ਕੀਤੀ ਸੀ ਉਹ ਮੈਂ ਮਹਿਸੂਸ ਉਦੋਂ ਕੀਤਾ ਵੀ ਰਾਤੋਂ ਰਾਤ ਬੰਦਾ ਜਿਹੜਾ ਸਟਾਰ ਬਣਦਾ ਉਹ ਤੋਂ ਬਾਅਦ ਫਿਰ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਫੋਨ ਆਏ ਗਾਣੇ ਆਫਰ ਆਉਣ ਲੱਗ ਗਈਆਂ ਵੀ ਗਾਣਾ 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 ਬੈਕ ਟੂ ਬੈਕ ਗਾਣੇ ਬੈਕ ਟੂ ਬੈਕ ਹਾਂਜੀ ਹਾਂ ਉਹ ਮੈਨੂੰ ਪਤਾ ਵੀ ਨਹੀਂ ਸੀ ਟੀਵੀ ਤੇ ਚੱਲੂਗਾ ਅਸੀਂ ਉੱਥੇ ਬੋਡੀ ਲਾਈਵ ਜਿੰਮ ਹੁੰਦਾ ਸੀ 22 ਨੰਬਰ ਤੇ ਉੱਥੇ ਅਸੀਂ 5-7 ਮੁੰਡੇ ਜਿਹੜੇ ਆਪਣਾ ਗਰੁੱਪ ਸੀਗਾ ਜਿੰਮ ਕਰਕੇ ਸ਼ਾਮ ਨੂੰ ਗੋਪਾਲ ਸਵੀਟਸ ਆ ਉੱਥੇ ਇੱਕ ਇੱਕ ਗੇੜਾ ਲਾਉਂਦੇ ਹੁੰਦੇ ਸੀ ਹਨਾ ਜਿਹੜਾ ਆਪਣਾ ਮੁੰਡਿਆਂ ਦਾ ਹੁੰਦਾ ਬਿਲਕੁਲ ਉੱਤੇ ਫਿਰ ਅਸੀਂ ਪਾਣੀ ਪੀ ਕੇ ਰੌਣਕ ਮੇਲਾ ਹੁੰਦਾ ਸੀ ਥੋੜ੍ਹਾ ਜਿਹਾ ਦੇਖ ਲੈਂਦੇ ਪੂਰਾ ਹਾਂ ਉਹ ਜਦੋਂ ਅਸੀਂ ਉੱਥੇ ਪਾਣੀ ਪੀਣ ਗਏ ਉਹ ਸਕਰੀਨਾਂ ਲੱਗੀਆਂ ਹੋਈਆਂ ਸੀ ਉੱਥੇ ਗੋਪਾਲ ਸਵੀਟ ਤੇ ਗੋਪਾਲ ਸਵੀਟ ਤੇ ਉੱਥੇ ਚੱਲੀ ਜਾਂਦਾ ਸੀ ਪ੍ਰੋਮੋ ਚੱਲਿਆ ਉਹ ਦੇਖਿਆ ਫਿਰ ਨਾਲ ਦੇ ਮੁੰਡਿਆਂ ਨੂੰ ਉਹਨਾਂ ਨੂੰ ਖੁਸ਼ੀ ਹੋਈ ਮੈਨੂੰ ਵੀ ਖੁਸ਼ੀ ਹੋਈ ਵਧੀਆ ਲੱਗ ਰਿਹਾ ਸੀਗਾ ਤੇ ਉਹ ਤੋਂ ਬਾਅਦ ਫਿਰ ਘਰੇ ਮੈਂ ਇੱਦਾਂ ਦੱਸਿਆ ਸੀ ਕਿਉਂਕਿ ਘਰਦਿਆਂ ਨੂੰ ਥੋੜ੍ਹਾ ਜਿਹਾ ਹੁੰਦਾ ਹੈ ਪਰ ਉਹ ਮੇਰੇ ਕਿਹੜੇ ਕੰਮ ਪੈ ਗਏ ਹਾਂਜੀ ਹਾਂ ਉਹ ਪਰ ਉਹਨੂੰ ਥੋੜ੍ਹਾ ਜਿਹਾ ਭਰੋਸਾ ਹੈਗਾ ਵੀ ਇਹ ਠੀਕ ਹੀ ਕਰੂਗਾ ਕਿਉਂਕਿ ਮੈਂ ਥੋੜ੍ਹਾ ਜਿਹਾ ਮਤਲਬ ਆਗਿਆਕਾਰੀ ਜਵਾਕ ਹੁੰਦੇ ਨੇ ਮੈਂ ਉਦੋਂ ਆ ਗਿਆ ਮੈਂ ਜਦੋਂ ਆਇਆ ਉਹਨਾਂ ਨੂੰ ਮੈਂ ਕਹਾਣੀ ਸੁਣਾਈ ਮੈਂ ਜੀ ਅਸੀਂ ਇੱਦਾਂ ਗਏ ਸੀਗੇ ਘੁੰਮਣ ਉੱਥੇ ਸ਼ੂਟਿੰਗ ਚੱਲਦੀ ਸੀ ਉਹਨਾਂ ਦਾ ਜਿਹੜਾ ਮੁੰਡੇ ਨੇ ਕੰਮ ਕਰਨਾ ਸੀ ਉਹ ਆਇਆ ਨਹੀਂ ਹੈਗਾ ਉਹ ਮੈਨੂੰ ਕਹਿੰਦੇ ਤੂੰ ਕਰ ਲਏਗਾ ਮੈਂ ਜੀ ਮੈਂ ਇੱਦਾਂ ਇੱਕ ਗਾਣਾ ਜਿਹਾ ਕੀਤਾ ਹੈਗਾ ਮੈਂ ਜਦੋਂ ਕਰਕੇ ਆ ਗਿਆ ਸੀਗਾ ਕਿਉਂਕਿ ਪਤਾ ਤਾਂ ਸੀ ਵੀ ਕਦੇ ਨਾ ਕਦੇ ਆਜੂਗਾ ਜੇ ਟੀਵੀ ਤੇ ਆ ਜਾਣਾ ਹਾਂ ਵੀ ਉਹਨਾਂ ਨੇ ਕਹਿਣਾ ਵੀ ਆਹ ਕਿੱਥੋਂ ਭਾਈ ਉਹ ਮੈਂ ਉਹਨਾਂ ਨੂੰ ਦੱਸਤਾ ਸੀਗਾ ਚਲੋ ਉਹਨਾਂ ਨੇ ਕੋਈ ਇੰਨਾ ਰਿਐਕਟ ਕੀਤਾ ਨਹੀਂ ਪਰ ਜਦੋਂ ਹਾਂਜੀ ਇਹ ਮਸ਼ਹੂਰੀ ਮਿਲ ਗਈ ਫਿਰ ਬੈਕ ਟੂ ਬੈਕ ਉਸ ਦੌਰ ਦੇ ਵਿੱਚ ਗਾਣੇ ਤੇ ਗਾਣਾ ਗਾਣੇ ਤੇ ਗਾਣਾ ਹਾਂਜੀ ਹਾਂਜੀ ਮੈਂ ਉਦੋਂ ਮੈਨੂੰ ਲੱਗਦਾ ਜੀ 4-5 ਮਹੀਨੇ ਚ 60-70 ਗਾਣੇ ਸਿੱਟਦੇ ਸੀਗੇ ਲਗਾਤਾਰ ਮਤਲਬ ਇੰਨੀ ਡਿਮਾਂਡ ਤੇ ਡਿਮਾਂਡ ਹੋਈ ਬਈ ਹਾਂਜੀ ਹਾਂਜੀ ਉਦੋਂ ਫਿਰ ਮੇਰੇ ਦੋਸਤ ਸਾਰੇ ਬਹੁਤ ਸੁਪਰ ਹਿੱਟ ਗੀਤ ਮਤਲਬ ਇੱਕ ਤੋਂ ਇੱਕ ਚੜ੍ਹਦਾ ਗੀਤ ਜਿਹੜਾ ਹੁੰਦਾ ਸੀ ਹਰ ਦੂਜਾ ਤੀਜਾ ਗੀਤ ਆਪਾਂ ਜਦੋਂ ਉਦੋਂ ਬੱਲੇ ਬੱਲੇ MH1 ਔਰ ETC ਮੇਨ ਸੀਗਾ ਹਾਂ ਫਿਰ ਉਹਨੇ ਦੌਰ ਲਿਆਂਦਾ ਸੀ ਜੀ ਇੱਕ ਮੇਰਾ ਗਾਣਾ ਸੀਗਾ ਗੁੱਸਾ ਨਾ ਕਰੀ ਤੈਨੂੰ ਪਿੱਛੋਂ ਆਵਾਜ਼ ਮਾਰ ਬਿਲਕੁਲ ਉਹ ਡਿਊਟ ਦਾ ਟ੍ਰੈਂਡ ਉਦੋਂ ਚੱਲਿਆ ਸੀਗਾ ਹਾਂ ਨਛੱਤਰ ਗਿੱਲ ਭਾਈ ਦਾ ਤੇ ਜਸਪਿੰਦਰ ਨਰੂਲਾ ਜੀ ਦੋਨਾਂ ਦਾ ਸੀਗਾ ਤੇ ਬਸ ਜੀ ਫਿਰ ਚੱਲਦੇ ਰਹੇ ਫਿਰ ਮੇਰਾ ਦੋਸਤ ਸੀਗਾ ਜੀ ਬੁਲਾਡੇ ਤੋਂ ਨਵੀਂ ਨਵਤੇਜ ਸਿੰਘ ਹਾਂ ਉਹ ਬੰਬੇ ਚੱਲ ਗਿਆ ਸੀਗਾ ਅੱਛਾ ਉਹ ਇੱਦਾਂ ਹੀ ਸੀ ਦੋਸਤ ਬਣੇ ਸੀ ਇੱਕ ਗਾਣੇ ਦੇ ਵਿੱਚ ਸੁਰਜੀਤ ਭੁੱਲਰ ਦਾ ਹੀ ਦੂਜਾ ਗਾਣਾ ਸੀ ਉਹ 4-5 ਮੁੰਡੇ ਸੀਗੇ ਉਹਨੇ ਫਿਰ ਕਿਹਾ ਕਹਿੰਦੇ ਵੀ ਯਾਰ ਜੇ ਤੂੰ ਕਰਨਾ ਹੈਗਾ ਨਾ ਪ੍ਰੋਫੈਸ਼ਨਲੀ ਇਹਨੂੰ ਕਰਨਾ ਉਹ ਤੱਕ ਸ਼ੌਕ ਹੀ ਸੀਗਾ ਮਤਲਬ 60-70 ਗਾਣੇ ਕਰਨ ਤੱਕ ਵੀ ਤੁਹਾਨੂੰ ਲੱਗਦਾ ਸੀਗਾ ਵੀ ਅਜੇ ਪ੍ਰੋਫੈਸ਼ਨਲ ਨਹੀਂ ਸੀਗਾ ਕੰਮ ਐਂ ਖਿੱਚੀ ਜਾਂਦੇ ਮਜ਼ਾਕ 'ਚ ਹੀ ਚੱਲੀ ਜਾਂਦਾ ਸੀ ਕੰਮ ਕੋਈ ਟ੍ਰੇਨਿੰਗ ਨਹੀਂ ਲਈ ਸੀ ਕਦੇ ਕੁਝ ਨਹੀਂ ਸੀ ਪ੍ਰੋਫੈਸ਼ਨਲ ਪਹਿਲੇ ਗਾਣੇ ਦੇ ਵਿੱਚ ਹੀ ਮੈਨੂੰ ਭਰੋਸਾ ਜ਼ਰੂਰ ਹੁੰਦਾ ਕੋਈ ਕੰਮ ਹੋਵੇ ਨਾ ਮੈਨੂੰ ਅੰਦਰੋਂ ਜਦੋਂ ਆਵਾਜ਼ ਆ ਜਾਂਦੀ ਹੈ ਪਹਿਲੇ ਗਾਣੇ ਦੇ ਵਿੱਚ ਘੋੜੇ ਦੇ ਉੱਤੇ ਸ਼ਾਟ ਸੀਗਾ ਉਹ ਕਹਿੰਦਾ ਘੋੜਾ ਚਲਾ ਲੈਣੇ ਮੈਂ ਕਿਹਾ ਹਾਂਜੀ ਚਲਾ ਲੈਣੇ ਮੈਂ ਕਦੇ ਬੈਠੇ ਹੀ ਨਹੀਂ ਸੀ ਘੋੜੇ ਤੇ ਅੱਛਾ ਹਾਂਜੀ ਹਾਂ ਬਸ ਮੱਝਾਂ ਮੁੱਝਾਂ ਤੇ ਬੈਠੇ ਸੀ ਪਿੰਡਾਂ ਦੇ ਵਿੱਚ ਘੋੜੇ ਤੇ ਨਹੀਂ ਕਦੇ ਬੈਠਿਆ ਉਹ ਮੇਰੀ ਕਿਸਮਤ ਚੰਗੀ ਵੀ ਵਾਹਿਗੁਰੂ ਜੀ ਨੇ ਵਿਆਹ ਵਾਲੀ ਘੋੜੀ ਭੇਜਤੀ ਉਹ ਐਨ ਮੜਕ ਮੜਕ ਕੇ ਚੱਲੇ ਆਪਾਂ ਨੂੰ ਆਪਾਂ ਆਰਾਮ ਨਾਲ ਬੈਠੇ ਹਨਾ ਸੋ ਐਦਾਂ ਮਤਲਬ ਵਰਿੰਦਰ ਘੁੰਮਣ ਭਾਜੀ ਦਾ ਉਹ ਦੌਰ ਮੇਰੇ ਯਾਦ ਆਈ ਜਾਂਦਾ ਕਿ ਉਹ ਵੀ ਵੱਡਾ ਫਿਰ ਇੱਕ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਰੋਮੀ ਗਿੱਲ ਦੇ ਗੀਤ 'ਚ ਇੱਕ ਮੁੰਡਾ ਹਾਂਜੀ ਅਮਨ ਹਾਂ ਉਹ ਵੀ ਬਹੁਤ ਗੀਤਾਂ 'ਚ ਮੁੰਡਾ ਹਾਂ ਲੰਮੇ ਵਾਲਾਂ ਵਾਲਾ ਮੁੰਡਾ ਉਹ ਵੀ ਬਹੁਤ ਚੱਲਿਆ ਤਾਂ ਤੁਹਾਡਾ ਸਾਰਿਆਂ ਦਾ ਇੱਕ ਕੰਪੀਟੀਸ਼ਨ ਹੁੰਦਾ ਸੀਗਾ ਸੋਚਿਆ ਨਹੀਂ ਸੀ ਹਾਂਜੀ ਹਾਂ ਪਰ ਵਧੀਆ ਦੌਰ ਸੀਗਾ ਜੀ ਵਧੀਆ ਸੀਗਾ ਪਹਿਲੀ ਫਿਲਮ ਬਾਈ ਕਿਹੜੀ ਕੀਤੀ ਪਹਿਲੀ ਫਿਲਮ ਮੇਰੀ ਸੀਗੀ ਜੀ ਯਾਰਾਂ ਨਾਲ ਬਾਹਰ
ਯਾਰਾਂ ਨਾਲ ਬਹਾਰਾਂ, ਜਿਮੀ ਸ਼ੇਰਗਿੱਲ ਵਾਲੀ, ਜਿਮੀ ਸ਼ੇਰਗਿੱਲ ਵਾਲੀ ਉਹ ਪਹਿਲੀ ਫਿਲਮ ਸੀਗੀ ਜਿਹਦੇ ਵਿੱਚ ਮੇਰਾ ਇੱਕ ਕਿਰਦਾਰ ਸੀ, ਪਰ ਮੈਨੂੰ ਕਹਾਣੀ ਥੋੜੀ ਹੋਰ ਤਰੀਕੇ ਨਾਲ ਦੱਸੀ ਸੀਗੀ। ਅੱਛਾ, ਤੇ ਮੈਂ ਤਾਂ ਹੀਰੋ ਸਮਝ ਕੇ ਆਇਆ ਸੀਗਾ। ਅੱਛਾ, ਤੇ ਵੀ ਏਦਾਂ ਹੀਰੋ ਵੀ ਠੀਕ ਹੈ, ਜਿੱਦਾਂ ਤਿੰਨ ਚਾਰ ਕਿਰਦਾਰ ਨੇ ਸਾਰੇ ਹੀਰੋ ਹੀ ਨੇਗੇ। ਓਬਵੀਅਸ ਮਤਲਬ ਤੁਹਾਡਾ ਫਿਲਮਾਂ ਵਾਲਾ ਤਜਰਬਾ ਕੋਈ ਬਹੁਤਾ ਚੰਗਾ ਨਹੀਂ। ਦੇਖੋ ਉਦੋਂ ਜਦੋਂ ਮੈਂ ਕੰਮ ਕੀਤਾ, ਇੱਕ ਤਾਂ ਜਾਣਕਾਰੀ ਇੰਨੀ ਹੈ ਨਹੀਂ ਸੀਗੀ, ਉਸ ਨੂੰ ਮੈਂ ਜਿਹੜੇ ਵੀ ਮਤਲਬ ਅੱਗੇ ਆਉਣਾ ਚਾਹੁੰਦੇ ਨੇ ਵੀ ਕ੍ਰਾਫਟ ਸਿੱਖ ਕੇ ਆਉਣਾ ਚਾਹੀਦਾ। ਕੋਈ ਵੀ ਤੁਸੀਂ ਕ੍ਰਾਫਟ 'ਚ ਜਾਂਦੇ ਹੋ, ਜਿੰਨੀ ਦੇਰ ਤੱਕ ਉਹਦੀ ਆਪਾਂ ਨੂੰ ਨੌਲੇਜ ਨਹੀਂ। ਮੈਂ 4-5 ਸਾਲ ਆਪਣੇ ਆਪ ਨੂੰ ਪਿੱਛੇ ਮੰਨਦਾ ਜੀ। ਕਿਉਂ? ਜਾਣਕਾਰੀ ਨਹੀਂ ਸੀਗੀ, ਬਸ ਇੱਦਾਂ ਕਿਸੇ ਨੇ ਕਹਿਤਾ ਮਾਡਲਿੰਗ ਕਰ ਲੈ, ਉਹ 'ਚ ਵੜ ਗਏ। ਹੁਣ ਪ੍ਰੋਫੈਸ਼ਨਲੀ, ਹੁਣ ਜੇ ਤੁਸੀਂ ਸੋਚੋ 60-70, ਅੱਜ ਕੋਈ ਬੰਦੇ ਦੀ ਇੱਕ ਰੀਲ ਹਿੱਟ ਹੋ ਜਾਂਦੀ ਹੈ, ਮੈਂ ਉਹਨਾਂ ਦੇ ਟੈਂਟਰਮ, ਉਹਨਾਂ ਦੇ ਐਟੀਟਿਊਡ ਦੇਖ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਤਾਂ ਮਤਲਬ ਉਹਦੇ ਹਿਸਾਬ ਨਾਲ ਆਇਆ ਹੁੰਦਾ ਵੀ ਮੈਂ ਤਾਂ ਗੱਲ ਹੀ ਨਾ ਕਰਾਂ ਕਿਸੇ ਨਾਲ। ਸੋ ਮੈਂ ਹੁਣ ਕਈ ਵਾਰੀ ਆਹ ਫਿਲਮ ਦੇ ਦੌਰਾਨ ਬਹੁਤ ਤਜਰਬੇ ਹੋਏ ਨੇ, ਮੈਂ ਜੀ ਕੋਈ ਵੀ ਮੈਨੂੰ ਠੀਕ ਲੱਗੇ ਨਾ, ਮੈਂ ਡਾਇਰੈਕਟ ਅਪਰੋਚ ਕਰ ਲੈਂਦਾ ਵੀ ਹਾਂ ਮੈਨੂੰ ਮੇਰਾ ਕਿਰਦਾਰ ਲੱਗਦਾ ਹੈਗਾ। ਉਹਨਾਂ ਨੂੰ ਯਕੀਨ ਨਹੀਂ ਹੁੰਦਾ ਯਾਰ ਵੀ ਐਂ ਕਿਵੇਂ ਕੰਮ ਹੋ ਜੂਗਾ, ਹੈ ਨਾ। ਇੱਕ ਦੋ ਨਵੇਂ ਚਿਹਰੇ ਸੀ ਅੱਜ, ਪਤਾ ਨਹੀਂ ਹੁਣ ਉਹ ਚੰਗਾ ਸਮਝ ਰਹੇ ਹੋਣਗੇ ਕਿ ਮਾੜਾ, ਉਹ ਮੇਰੇ ਕਿਰਦਾਰ ਦੇ ਵਿੱਚ ਜਾਂਦਾ ਸੀ, ਮੀਟਿੰਗ ਵੀ ਕੀਤੀ, ਹੈ ਨਾ ਜੀ। ਆ ਗਏ ਨਵੇਂ ਉੱਭਰਦੇ, ਜੇ ਕੋਈ ਬਹੁਤਾ ਕੰਮ ਕੀਤਾ ਨਹੀਂ ਸੀਗਾ, ਠੀਕ ਹੈ ਸੀਗਾ। ਸ਼ਾਮ ਨੂੰ ਜੀ ਮੀਟਿੰਗ ਹੋ ਗਈ, ਬਹੁਤ ਵਧੀਆ, ਮੈਨੂੰ ਬੜੀ ਪੋਜ਼ਿਟਿਵ ਵਾਈਬਸ ਆਏ ਵੀ ਚੱਲ ਵਧੀਆ। ਸ਼ਾਮੀ ਫੋਨ ਆਉਂਦਾ, ਮੈਂ ਜੀ ਉਹਨਾਂ ਦਾ ਮੈਨੇਜਰ ਬੋਲਦਾ। ਮੈਂ ਜੀ ਫਿਰ ਮੇਰੇ ਮੈਨੇਜਰ ਨਾਲ ਗੱਲ ਕਰ ਲਓ, ਜਦੋਂ ਤੁਸੀਂ ਉਹਨਾਂ ਦੇ ਮੈਨੇਜਰ ਬੋਲਦੇ ਹੋ, ਹੈ ਨਾ। ਸੋ ਏਦਾਂ ਸਮਝ ਨਹੀਂ ਆਉਂਦੀ ਹੈਗੀ ਵੀ ਦੁਨੀਆਂ ਨੂੰ ਕਿੱਦਾਂ ਉਹ ਹੈਗਾ, ਹੈ ਨਾ। ਤੁਹਾਨੂੰ ਨਹੀਂ ਲੱਗਦਾ ਵੀ ਇਸ ਫੀਲਡ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਰਵੇ, ਤੁਸੀਂ ਉਸ ਪੀਕ ਤੇ ਉਵੇਂ ਰਹੋ, ਤਾਂ ਇਹ ਡਰਾਮੇ ਜ਼ਰੂਰੀ ਨੇ, ਕਰਨੇ ਪੈਂਦੇ ਆ, ਕਰਨੇ ਪੈਂਦੇ ਆ ਜੀ, ਕਰਨੇ ਪੈਂਦੇ। ਬੰਦਾ ਬਾਹਲਾ ਸਿੰਪਲ ਸਾਦਾ ਹੋ ਕੇ ਵੀ ਚੱਲੇ ਤਾਂ ਇਹ ਇੰਡਸਟਰੀ ਜੀਣ ਨਹੀਂ ਦਿੰਦੀ, ਜੀਉਣ ਨਹੀਂ ਦਿੰਦੀ ਕਿਤੇ ਨਹੀਂ। ਤੁਹਾਨੂੰ ਉਹ ਹੈਗਾ, ਬਹੁਤ ਕਿੱਸੇ ਹੋਏ ਨੇ, ਬਹੁਤ ਕਿੱਸੇ ਹੋਏ ਨੇ, ਉਹ ਐਂ ਸਮਝਦੇ ਨੇ ਵੀ ਆਈ ਆ। ਤੁਸੀਂ ਲੈਫਟ ਆਊਟ ਫੀਲ ਕਰਦੇ ਹੋ ਕਿ ਤੁਹਾਨੂੰ ਜੋ ਬਣਦਾ ਸਨਮਾਨ ਸੀ ਉਹ ਇੰਡਸਟਰੀ 'ਚ ਉਸ ਪੱਧਰ ਤੇ ਮਿਲਿਆ ਜੀ, ਜਿੰਨਾ ਤੁਹਾਡਾ ਕੰਮ ਸੀ ਉਸ ਪੱਧਰ ਤੇ ਤੁਹਾਨੂੰ ਫਿਰ ਰੈਕੋਗਨਾਈਜੇਸ਼ਨ ਨਹੀਂ ਮਿਲੀ? ਹਾਂਜੀ ਹਾਂ, ਨਹੀਂ ਮਿਲੀ ਰੈਕੋਗਨਾਈਜੇਸ਼ਨ, ਮਿਲ ਗਈ ਪਰ ਉਦਾਂ ਦੇ ਪ੍ਰੋਜੈਕਟ ਜਾਂ ਉਦਾਂ ਦੀਆਂ ਟੀਮਸ ਜਿਹੜੀਆਂ ਹੈਗੀਆਂ ਜਿਨ੍ਹਾਂ ਨਾਲ ਮੈਂ ਕੰਮ ਕਰਨਾ ਚਾਹੁੰਦਾ ਹੈਗਾ, ਅੱਜ ਲਿਮਿਟਿਡ ਜੇ ਆਪਣੇ ਹੈਗੇ। ਕਿਉਂ ਆਫਰ ਨਹੀਂ ਹੁੰਦਾ ਫਿਰ? ਇਹ ਹੁਣ ਜੀ ਉਹ ਜਾਣਦੇ ਨੇ। ਤੁਹਾਨੂੰ ਕਦੇ ਆਪ ਇੰਟਰੋਸਪੈਕਟ ਕੀਤਾ ਵੀ ਸ਼ਾਇਦ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਕ੍ਰਾਫਟ ਸਿੱਖਣਾ ਚਾਹੀਦਾ, ਉਸ ਪੱਧਰ ਤੇ ਕਿਤੇ ਤੁਸੀਂ ਪਿੱਛੇ ਤਾਂ ਨਹੀਂ ਰਹਿ ਗਏ? ਤੁਸੀਂ ਫਿਲਮ ਦੇਖਿਓ ਸੰਗਰਾਮ, ਤੇ ਜੇ ਏਦਾਂ ਦੀ ਗੱਲ ਹੁੰਦੀ ਜੀ, ਜੇ ਕੋਈ ਏਦਾਂ ਦੀ ਕਈ ਵਾਰ ਗੱਲ ਹੁੰਦਾ, ਹੁਣ ਸਲਮਾਨ ਖਾਨ, ਕਬੀਰ ਖਾਨ, ਯਸ਼ ਚੋਪੜਾ, ਜੇ ਉਹਨਾਂ ਨੂੰ ਗੈਵੀ ਚਹਿਲ ਦੇ ਵਿੱਚ ਕੁਛ ਦੇਖਿਆ, ਨਵਾਂ ਮੁੰਡਾ ਉਹਨਾਂ ਨੇ ਲਿਆ, ਉਹ ਸਾਡੇ ਪੰਜਾਬੀ ਆ, ਇਹਨਾਂ ਨੂੰ ਨਹੀਂ ਦੇਖਿਆ ਹੈਗਾ, ਉਹਨਾਂ ਨੂੰ ਦੇਖ ਗਿਆ, ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤਿੰਨੇ ਫਿਲਮਾਂ ਦੇ ਵਿੱਚ ਮੈਂ ਆ। ਦੂਜੀ ਫਿਲਮ ਦੇ ਵਿੱਚ ਸੇਮ ਕਹਾਣੀ ਹੈ, ਸੇਮ ਹੀ ਚੀਜ਼ਾਂ ਮਤਲਬ ਅੱਗੇ ਵੱਧਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਇੱਕ ISI ਦਾ ਚੀਫ ਉਹਦੇ ਵਿੱਚ ਹੈਗਾ ਕੈਪਟਨ ਅਬਰਾਰ, ਉਹ ਇਕੱਲਾ ਹੀ ਆ, ਬਾਕੀ ਸਾਰੇ ਕਿਰਦਾਰ ਚ। ਬਿਲਕੁਲ ਹਾਂ। ਸੋ ਪਰ ਮੈਂ ਤਾਂ ਤੁਹਾਨੂੰ ਕਿਹਾ ਆਪਾਂ ਆਫ ਦਾ ਰਿਕਾਰਡ ਕਿਹਾ, ਪਤਾ ਨਹੀਂ ਹੁਣ ਇੰਟਰਵਿਊ 'ਚ ਮੈਨੂੰ ਇਹ ਵੀ ਨਹੀਂ ਧਿਆਨ ਆ ਰਿਹਾ ਕਿ ਮੈਨੂੰ ਤਾਂ ਇਹ ਲੱਗਦਾ ਸੀ ਕਿ ਤੁਸੀਂ ਬੰਬੇ ਤੋਂ ਹੀ ਆਏ ਹੋ ਇੱਥੇ ਪੰਜਾਬ। ਅਸੀਂ ਸ਼ੁਰੂ ਤੋਂ ਜਦੋਂ ਤੋਂ ਤੁਹਾਨੂੰ ਦੇਖਿਆ, ਇਹ ਤਾਂ ਤੁਸੀਂ ਦੱਸ ਰਹੇ ਹੋ ਕਿ ਮਜ਼ਾਕ ਮਜ਼ਾਕ 'ਚ ਹੀ ਚੱਲ ਪਿਆ, ਸਾਨੂੰ ਤਾਂ ਹਮੇਸ਼ਾ ਹੀ ਲੱਗਿਆ ਕਿ ਜਿਵੇਂ ਮਿਸਟਰ ਇੰਡੀਆ ਵਾਲੇ ਮਾਡਲ ਸਿੱਖ ਕੇ ਆਉਂਦੇ ਆ ਔਰ ਉਹ ਤੁਸੀਂ ਉਸ ਲੈਵਲ ਦੇ, ਸਾਨੂੰ ਤਾਂ ਕਦੇ ਨਹੀਂ ਲੱਗਿਆ ਤੁਹਾਡੇ 'ਚ ਕਮੀ ਨਹੀਂ ਲੱਗੀ ਕਿਸੇ ਗੱਲ ਦੀ। ਹਾਂਜੀ ਹਾਂਜੀ, ਬਾਅਦ ਫਿਰ ਇਹ ਇੰਡਸਟਰੀ ਕਿਉਂ ਨਹੀਂ ਰਿਅਲਾਈਜ਼ ਕਰਦੀ, ਇੰਡਸਟਰੀ ਦੇ ਵੱਡੇ ਹਾਊਸਸ ਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਕਿ ਇੱਕ ਬੰਦਾ ਜਿਹੜਾ ਬਾਲੀਵੁੱਡ 'ਚ ਇਸ ਲੈਵਲ ਤੇ ਕੰਮ ਕਰ ਰਿਹਾ, ਸਾਡੇ ਵਾਸਤੇ ਉਹ ਕਿੱਡੇ ਵੱਡੇ ਪ੍ਰੋਜੈਕਟਸ ਕਰ ਸਕਦਾ? ਬਿਲਕੁਲ ਜੀ, ਮੈਂ ਹੁਣ 1-2 ਚੰਗੀਆਂ ਜਿਹੜੀਆਂ ਫਿਲਮਸ ਕੀਤੀਆਂ ਹੈਗੀਆਂ ਨੇ, ਡਿਸਕਸ਼ਨ ਹੀ ਨਹੀਂ ਹੁੰਦੀ ਤੁਹਾਡੇ ਕੈਰੈਕਟਰ ਨੂੰ ਲੈ ਕੇ ਵੀ ਕਿੱਦਾਂ ਇੱਕ ਫਿਲਮ ਬਣਨੀ ਹੈ।
ਜਾਂ ਤਾਂ ਉਹ ਵੀ ਡਾਇਰੈਕਟਰ ਕਿਤੇ ਨਾ ਕਿਤੇ ਇਨਸਿਕਿਓਰ ਨੇ ਕਿ ਕਿਉਂਕਿ ਪ੍ਰੋਡਿਊਸਰਸ ਬਹੁਤ ਘੱਟ, ਮੈਂ ਪ੍ਰੋਫੈਸ਼ਨਲਿਜ਼ਮ ਦੀ ਮੈਂ ਕਮੀ ਕਹੂੰਗਾ। ਠੀਕ ਹੈ, ਪੈਸਾ ਲਾਉਣਾ ਇੱਕ ਅਲੱਗ ਗੱਲ ਹੈ, ਇੱਕ ਜਜ਼ਬੇ ਨਾਲ ਲਾਉਣਾ ਤੁਹਾਨੂੰ ਉਹਦੀ ਥੋੜ੍ਹੀ ਬਹੁਤ ਨੌਲੇਜ। ਸਲਮਾਨ ਖਾਨ ਹੁਣੇ ਡਿਸਕਸ ਕਰਦੇ ਆ ਫਿਰ ਇਹ? ਹਾਂਜੀ ਹਾਂਜੀ, ਉਹਨੂੰ ਜੇ ਹੁਣ ਸਲਮਾਨ ਖਾਨ ਵੈਸੇ ਉਹ ਬੰਦਾ ਉਈ ਨਹੀਂ, ਬੰਦਾ ਕੋਈ ਸੁਪਰ ਸਟਾਰ ਬਣ ਜਾਂਦਾ। ਠੀਕ ਹੈ, ਦੇਖਣ ਨੂੰ ਇਹ ਲੱਗਦੇ ਨੇ ਵੀ ਆਪਣੇ ਐਟੀਟਿਊਡ ਨਾਲ ਆਪਣੇ ਹਿਸਾਬ ਨਾਲ ਚੱਲਦੇ ਨੇ, ਉਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਹੁੰਦਾ ਵੀ ਜਿਵੇਂ ਚਾਰੇ ਪਾਸੇ ਅੱਖਾਂ ਨੇ ਉਹਨਾਂ ਦੀਆਂ, ਹਰ ਇੱਕ ਕਿਰਦਾਰ ਦੇ ਬਾਰੇ, ਹਰ ਇੱਕ ਚੀਜ਼ ਦੇ ਬਾਰੇ, ਸੈੱਟ ਦੇ ਉੱਤੇ ਇੰਪਰੋਵਾਈਜੇਸ਼ਨ ਉਹ ਹੈਲਪ ਕਰਦੇ ਨੇ ਵੀ ਤੂੰ ਆਹ ਚੀਜ਼ ਬੋਲ, ਇਹ ਜ਼ਿਆਦਾ ਇੰਪੈਕਟ ਦੇਗੀ। ਸੋ ਉਹ ਇੱਦਾਂ ਚੀਜ਼ਾਂ ਹੁੰਦੀਆਂ ਨੇ। ਉੱਥੇ ਵੀ ਬਹੁਤ ਸਾਰੇ ਹੋਰ ਸੁਪਰ ਸਟਾਰਸ ਨੇ ਜਿਹੜੇ ਥੋੜ੍ਹਾ ਜਿਹਾ ਇੱਦਾਂ ਫੀਲ ਕਰਦੇ ਨੇ, ਪਰ ਮੈਨੂੰ ਇਹਨਾਂ ਦੇ ਨਾਲ ਕਦੇ ਇੱਦਾਂ ਲੱਗਿਆ ਨਹੀਂ ਹੈਗਾ। ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਬਾਲੀਵੁੱਡ 'ਚ ਵੱਧ ਐਪਰੀਸ਼ੀਏਸ਼ਨ ਜੇ ਮਿਲਦੀ ਹੈ ਤਾਂ ਫੋਕਸ ਉੱਥੇ ਹੋਣਾ ਚਾਹੀਦਾ? ਕਿਉਂ ਪੰਜਾਬ ਦੇ ਸਿਨੇਮੇ 'ਚ ਆਉਣਾ ਚਾਹੁੰਦੇ ਹੋ ਤੁਸੀਂ? ਮੈਨੂੰ ਸਕੂਨ ਮਿਲਦਾ ਪੰਜਾਬੀ ਕੰਮ ਕਰਕੇ ਆਪਣੇ। ਮੈਂ ਨਹੀਂ ਚਾਹੁੰਦਾ, ਮੈਂ ਸ਼ਿਫਟ ਕਰਨਾ ਚਾਹੁੰਦਾ, ਮੈਂ ਪੰਜਾਬ ਰਹਾਂ। ਅੱਛਾ, ਬਿਲਕੁਲ ਜੀ। ਹੁਣ ਇੱਥੋਂ ਕਹਿੰਦੇ ਨੇ ਵੀ ਕਿੰਨੇ ਸਾਲ ਹੋ ਗਏ ਬੰਬੇ ਰਹਿੰਦੇ? 19 ਸਾਲ ਹੋ ਗਏ। ਫਿਰ 19 ਸਾਲ ਬਾਅਦ ਇਹ ਕਿਉਂ ਅੱਜ ਮਹਿਸੂਸ ਹੈ ਵੀ ਹੁਣ ਪੰਜਾਬ ਵਾਪਸ ਆ ਜਾਈਏ? ਨਹੀਂ, ਉਹ ਮੈਂ ਕਦੇ ਵੀ ਆ ਸਕਦਾ ਸੀ, ਪਰ ਮੈਨੂੰ ਇੱਥੋਂ 19 ਚੀਜ਼ ਮਿਲੀ ਨਹੀਂ ਹੈਗੀ ਜਿਹੜੀ ਮੈਨੂੰ ਉੱਥੋਂ ਮਿਲੀ ਗਈ। ਉੱਥੇ ਜਾਂਦੇ ਕਲਰਸ ਚੈਨਲ ਲਾਂਚ ਹੋਇਆ ਸੀਗਾ, ਬਿਲਕੁਲ ਉਹਦਾ ਸਭ ਤੋਂ ਵੱਡਾ ਜਿਹੜਾ ਮੇਗਾ ਸ਼ੋਅ ਸੀਗਾ ਮੋਹੇ ਰੰਗ ਦੇ, ਉਹ ਮੈਂ ਲੀਡ ਕੀਤਾ ਜੀ। ਤੇ ਮਸ਼ਹੂਰੀਆਂ ਦੇ ਵਿੱਚ ਮੈਂ ਸੂਈ ਤੋਂ ਲੈ ਕੇ ਜਹਾਜ਼ ਤੱਕ। ਬਿਲਕੁਲ ਬਿਲਕੁਲ, ਕੋਈ ਦੋ ਰਾਏ ਨਹੀਂ। ਫਿਰ ਉਹ ਇੱਕ ਫੀਅਰ ਫੈਕਟਰ, ਹਾਂ ਉਹ ਕੀੜੇ ਮਕੌੜੇ ਖਾਣ ਵਾਲਾ, ਉਹਦਾ ਉਹ ਸੱਚੀ ਖਾਂਦੇ ਉਹਦੇ ਚ? ਹਾਂਜੀ ਹਾਂਜੀ, ਹੈਂ ਸੱਚੀ ਹੁੰਦੇ ਉਹ ਸਭ। ਸੁੱਪ ਨੂੰ ਹੱਥ ਪਾ ਲਓ ਜਾਂ ਖਾਣੇ। ਮੈਨੂੰ ਜਦੋਂ ਆਡੀਸ਼ਨ ਦੇ ਟਾਈਮ ਨਾ, ਹਾਂ ਉਹ ਪੀਣ ਵਾਲਾ ਜਿਹੜਾ ਹੈਗਾ ਉਹਦੇ ਵਿੱਚ ਐਕਚੁਅਲੀ ਕੀ ਹੁੰਦਾ, ਜਿਹੜਾ ਮੈਨੂੰ ਉਹਨਾਂ ਨੇ ਦਿੱਤਾ ਇੱਕ ਤਾਂ ਮੱਛੀ ਦੀ ਅੱਖ, ਹੋਰ ਪਤਾ ਨਹੀਂ ਅੰਤੜੀ ਉਂਤੜੀ ਜਾਂ ਕੀ ਪਾ ਕੇ ਉਹਨੂੰ ਘੁਮਾਤਾ, ਬਲੈਂਡ ਕਰਤਾ, ਉਹਨੂੰ ਬਲੈਂਡ ਕਰਤਾ, ਮੱਛੀ ਦੀ ਅੱਖ ਪਾਈ ਵਿੱਚ ਉਹਦੇ। ਹਾਂਜੀ ਹਾਂ, ਕਈ ਚੀਜ਼ਾਂ ਇੱਦਾਂ ਹੋਰ ਵੀ ਪਤਾ ਨਹੀਂ ਕੀ ਕੁਛ ਸੀਗਾ, ਉਹ ਮੁਸ਼ਕ ਬੜਾ ਭੈੜਾ ਆਉਂਦਾ ਸੀਗਾ ਉਹਦਾ। ਮਤਲਬ ਵੀ ਤੁਸੀਂ ਉਹਨੂੰ ਉਹ ਆਪਣਾ ਕੀ ਕਹਿੰਦੇ ਨੇ ਅੰਦਰ ਨਹੀਂ ਲੈ ਕੇ ਜਾ ਸਕਦੇ, ਲੰਘਾ ਨਹੀਂ ਸਕਦੇ ਗਲੇ ਤੋਂ ਥੱਲੇ, ਵੋਮਿਟ ਆਉਂਦੀ ਆ ਉਲਟੀ, ਹੈ ਨਾ। ਸੋ ਉਹੀ ਇੱਕ ਚੈਲੇਂਜ ਹੁੰਦਾ, ਕਿਉਂਕਿ ਆਪਾਂ ਇਹਨਾਂ ਚੀਜ਼ਾਂ ਦੇ ਯੂਜ਼ ਟੂ ਨਹੀਂ ਹੈਗੇ ਗੇ। ਆਪਾਂ ਇੱਥੇ ਇਹ ਜੇ ਮੁਰਗਾ ਖਾ ਲਿਆ, ਮੱਛੀ ਖਾ ਲਈ, ਵੱਧ ਤੋਂ ਵੱਧ, ਹਾਂ ਬਸ ਆਹੀ ਹੈ। ਦੁੱਧ ਚਾਂਡਾ ਬੇਬੇ ਦੇ ਦਿੰਦੀ ਸੀ, ਉਹ ਵੀ ਔਖਾ, ਕਈ ਵਾਰੀ ਲੱਗਦਾ ਸੀ ਨੱਕ ਤੇ ਹੱਥ ਰੱਖ ਕੇ ਪੀ ਜਾਂਦੇ ਸੀਗੇ। ਸੋ ਪਰ ਉਹ ਕਰ ਗਿਆ ਜੀ, ਮੈਂ ਹੋ ਗਿਆ। ਸੋ ਉਹ ਮੈਨੂੰ ਜਦੋਂ ਅੰਦਰੋਂ ਚੀਜ਼ ਹੁੰਦੀ, ਮੈਂ ਇਹ ਸੋਚਦਾ ਸੀ ਇਹ ਸਿਰਫ ਇਹ ਸ਼ੂਟ ਹੈ, ਪਿੰਡੇ ਪੁੰਦੇ ਨਹੀਂ, ਇਹ ਅਸਲੀ ਹੁੰਦਾ ਜੀ। ਅਸਲੀ ਬਈ, ਅਸਲੀ, ਬਿਲਕੁਲ ਅਸਲੀ। ਉਹ ਹੱਥ ਪਾਉਣੇ ਹੋ ਕੀੜਿਆਂ ਕੂੜਿਆਂ ਦੇ ਵਿੱਚ, ਉਹ ਸਾਰਾ ਕੁਝ ਉਵੇਂ ਹੀ ਹੈ। ਹਾਂਜੀ ਹਾਂ, ਮੇਰੇ ਤੇ ਮੇਰਾ ਜਿਹੜਾ ਇੱਕ ਟਾਸਕ ਸੀਗਾ ਇਦਾਂ, ਉਹਦੇ ਥੱਲੇ ਟੇਬਲ ਦੇ ਵਿੱਚ ਇਦਾਂ ਗੋਲਕਚਾਰਾ ਜਿਹਾ ਕੱਟ ਕੇ ਮੇਰੀ ਗਰਦਨ ਕੱਢਤੀ ਇੱਥੇ ਕੱਪੜਾ। ਹਾਂ ਹਾਂ ਹਾਂ, ਮੈਂ ਦੇਖਿਆ ਉਹ ਉੱਤੇ ਉਹ ਕੱਚ ਦਾ ਉਹਨਾਂ ਨੇ ਡੱਬਾ ਪਾਤਾ ਸੀਗਾ। ਹਾਂ, ਫਿਰ ਟ੍ਰਾਂਸਪੇਰੈਂਟ ਸੀਗਾ ਉਹ। ਹਾਂਜੀ, ਉੱਤੇ ਬਿੱਛੂ ਸੁੱਟਦੇ ਸੀਗੇ, ਅਸਲੀ ਬਿੱਛੂ ਸੀਗੇ। ਹੁਣ ਇੱਥੇ ਬਿੱਛੂ ਐ ਫਿਰਦੇ ਨੇ, ਉਹ ਇਰੀਟੇਸ਼ਨ ਹੁੰਦੀ ਆ ਆਪਣੇ ਕੋਈ, ਹੁਣ ਕੋਈ ਮੜ ਜਾਊਗੀ ਕੋਈ, ਪਰ ਉਹਨਾਂ ਦਾ ਉਹ ਜ਼ਹਿਰ ਜ਼ੂਰ ਤਾਂ ਨਹੀਂ ਹੁੰਦਾ, ਕੱਢਿਆ ਹੀ ਹੁੰਦਾ ਉਹ ਤਾਂ, ਨਹੀਂ ਤਾਂ ਬੰਦਾ। ਹਾਂਜੀ ਹਾਂਜੀ, ਉਹ ਤਾਂ ਹੈ ਹੀ ਆ, ਪਰ ਇਹ ਤੇ ਮੇਰੇ ਮੜੇ ਕੱਟ ਜਾ ਪੈ ਗਿਆ ਸੀਗਾ, ਮੈਂ ਇਦਾਂ ਹਿੱਲ ਗਿਆ ਥੋੜਾ ਜਿਹਾ। ਉਹ ਖੈਰ ਕੋਈ ਐਡਾ ਡਿਸਕਸ ਕਰਨ ਵਾਲੇ ਨੂੰ, ਬਹੁਤ ਮਾਈਨਰ ਜਿਹਾ, ਮਾਈਨਰ ਤਾਂ ਹੈ ਪਰ ਰਿਸਕ ਤਾਂ ਹੁੰਦਾ ਹੀ ਹੈ ਚੀਜ਼ਾਂ। ਹਾਂਜੀ, ਐਂ ਤਾਂ ਹੁਣ ਦੇਖੋ ਜੇ ਦੰਦੀ ਦੁੰਦੀ ਵੱਢ ਇੰਨੀ ਹਾਈਟ ਤੇ ਕਈ ਵਾਰੀ ਉਹ ਟਾਸਕ ਕਰਾਉਂਦੇ ਆ ਤਾਂ। ਹਾਂਜੀ ਹਾਂ, ਮੈਂ ਮੇਰਾ ਜਿਹੜਾ ਫਾਈਨਲ ਸੀਗਾ ਮੇਰਾ, ਉਹ ਇੱਕ ਕੱਚ ਦੀ ਅਲਮਾਰੀ 'ਚ ਬੰਦ ਕਰਤਾ, ਕਰੇਨ ਦੇ ਨਾਲ ਉੱਤੋਂ ਉਹਨੂੰ ਅਲਮਾਰੀ ਨੂੰ ਟੰਗ ਲਿਆ, ਉਹ ਇੱਦਾਂ ਉੱਤੇ ਉੱਤੇ ਜਾਈ ਜਾਂਦੀ ਹੈ, ਉਹਨੂੰ ਘੁਮਾਤਾ ਪੂਰਾ ਸਪਿਨ ਕਰਤਾ, ਅੰਦਰ ਮੈਂ ਹਾਂ, ਉਹ ਚੱਕਰ ਆਈ ਜਾਂਦੇ ਨੇ ਘੁੰਮਦਾ। ਉਹ ਮੈਨੂੰ ਤਿੰਨ ਥਾਂ ਤੋਂ ਬੰਨਿਆ ਹੋਇਆ, ਉਹ ਆਪਦੇ ਆਪ ਨੂੰ ਪੰਜ ਚਾਬੀਆਂ ਨੇ, ਤਿੰਨ ਤਾਲੇ ਨੇ, ਤਿੰਨ ਸੀ ਜਾਂ ਦੋ ਸੀਗੇ, ਇੱਕ ਮੇਰੇ ਹੱਥ 'ਤੇ ਸੀ, ਇੱਕ ਪੈਰ 'ਤੇ ਸੀ, ਦੋ ਸੀਗੇ ਸ਼ਾਇਦ। ਉਹ ਆਪਣੇ ਆਪ ਨੂੰ ਖੋਲ੍ਹ ਕੇ ਨਾਲੇ ਚੱਕਰ ਆ ਰਹੇ ਨੇ, ਫਿਰ ਉਹ ਮੈਨੂੰ ਲੱਗਦਾ ਮੈਂ 6-7 ਫਲੋਰ ਹੋਣਾ ਐਡੀ ਉੱਚੀ, ਫਿਰ ਛਾਲ ਮਾਰੀ ਥੱਲੇ 7 ਫਲੋਰ ਤੋਂ। ਹਾਂਜੀ, ਇੰਨੀ ਹਾਈਟ 'ਤੇ ਚਲਿਆ ਗਿਆ ਹੋਣਾ, ਕਿਉਂਕਿ ਉਹ ਸਟੰਟਮੈਨ ਨੇ ਨਹੀਂ ਮਾਰੀ, ਤੁਸੀਂ ਆਪ ਮਾਰੀ, ਆਪ ਕੀਤੀ। ਹਾਂਜੀ, ਉਹਦਾ ਉਹ ਮੈਨੂੰ ਹਮੇਸ਼ਾ ਪੁੱਛਦੇ ਹੁੰਦੇ ਸੀਗੇ ਵੀ ਤੁਹਾਡੀ ਸਟ੍ਰੈਟਜੀ ਕੀ ਆ,
ਤੁਹਾਡੇ ਵਾਲਾ ਸ਼ੋਅ ਰੋਹਿਤ ਸ਼ੈਟੀ ਨੇ ਹੋਸਟ ਨਹੀਂ ਸਭ ਤੋਂ ਪਹਿਲਾਂ ਸੀ ਜਿਹੜਾ ਅਮਰੀਕਨ ਜਿਹੜੇ ਰੀਅਲ ਉਹ ਸੀਗੇ ਅੱਛਾ ਉੱਥੋਂ ਦਾ ਜਿਹੜਾ ਸ਼ੋਅ ਸੀ ਉਹ ਸਾਰੇ ਟੈਕਨੀਸ਼ੀਅਨ ਉਹਨਾਂ ਦਾ ਹੀ ਸੀਗਾ ਉਦੋਂ ਹੋਸਟ ਕਿਹਨੇ ਕੀਤਾ ਸੀ ਉਦੋਂ ਮੁਕੁਲਦੇਵ ਸੀਗੇ ਮੁਕੁਲਦੇਵ ਨੇ ਹਾਂਜੀ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਹੀ ਹੋਇਆ ਹਾਂ ਉਹ ਤੋਂ ਬਾਅਦ ਤਾਂ ਫਿਰ ਆਪਣਾ ਕੀ ਕਹਿੰਦੇ ਨੇ ਖਤਰੋਂ ਕੇ ਖਿਲਾੜੀ ਨਾਮ ਆ ਗਿਆ ਅਕਸ਼ੇ ਕੁਮਾਰ ਜੀ ਅਕਸ਼ੇ ਕੁਮਾਰ ਆਏ ਰੋਹਿਤ ਸ਼ੈਟੀ ਆਏ ਹੋਰ ਬਹੁਤ ਸਾਰੇ ਫੀਅਰ ਫੈਕਟਰ ਜਿਹੜਾ ਪਹਿਲਾ ਜਿਹੜਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਇਆ ਸੀਗਾ ਹਾਂਜੀ ਹਾਂਜੀ ਉਹਦਾ ਸੀਗਾ ਪਹਿਲਾਂ ਪੰਜਾਬੀ ਸੀਗਾ ਮੈਂ ਜਿੱਤਣ ਵਾਲਾ ਤੇ ਉਦੋਂ 10 ਲੱਖ ਰੁਪਇਆ ਜਿੱਤਿਆ ਸੀ ਮਲੇਸ਼ੀਆ ਹੋਇਆ ਸੀਗਾ ਇਹ ਕੀ ਕੀਤਾ ਫਿਰ ਉਸ ਪੈਸੇ ਦਾ ਮੈਂ ਕੰਮ ਕਾਰ ਚ ਲਾਤਾ ਜੀ ਥੋੜੇ ਜਿਹੇ ਵਿਆਜ ਤੇ ਵੀ ਉਹ ਦਿੱਤੇ ਸੀਗੇ ਵਿਆਜ ਤੇ ਦਿੱਤੇ ਸੀ ਇੱਥੇ ਅਰਥ ਦੀ ਮਾਮਾ ਜੀ ਹੋਰਾਂ ਦੇ ਉੱਥੇ ਹੈਗੇ ਆ ਬਈ ਹੁਣ ਤੁਸੀਂ ਇਹ ਕਿਹਾ ਕਿ ਮੈਂ ਪੰਜਾਬ ਆਉਣਾ ਚਾਹੁੰਦਾ ਮੈਂ ਸੰਗਰਾਂਦ ਬਾਰੇ ਆਖਰ ਦੇ ਵਿੱਚ ਕੁਛ ਗੱਲਾਂ ਕਰਨੀਆਂ ਚਾਹੁੰਦਾ ਤੁਹਾਡੇ ਨਾਲ ਕਿ ਕਹਾਣੀ ਕਹਿੰਦੀ ਕੀ ਹੈ ਅਸਲ ਕਹਾਣੀ ਜੀ ਬੇਸਿਕਲੀ ਪਰਿਵਾਰਕ ਰਿਸ਼ਤਿਆਂ ਦੀ ਹੈ ਕਹਾਣੀ ਵੈਸੇ ਤਾਂ ਰਿਵੈਂਜ ਜੇ ਆਪਾਂ ਇੱਕ ਦੋ ਸ਼ਬਦਾਂ ਚ ਕਹੀਏ ਰਿਵੈਂਜ ਸਟੋਰੀ ਹੈ ਜੀ ਬਦਲੇ ਦੀ ਉਹ ਹੈਗੀ ਹੈ ਪਰ ਊਂ ਜਿਹੜੀ ਸਾਹਿਬ ਦੀ ਜਰਨੀ ਹੈ ਉਹਦੇ ਵਿੱਚ ਕਿਵੇਂ ਰਿਸ਼ਤੇ ਆਉਂਦੇ ਜਾਂਦੇ ਨੇ ਜੇ ਵਾਈਫ ਆਉਂਦੀ ਹੈ ਉਹਦਾ ਕੀ ਫਰਜ਼ ਹੈ ਕਿੱਥੇ ਉਹਦੇ ਨਾਲ ਖੜੀ ਹੈ ਕਿਵੇਂ ਉਹਨੂੰ ਸਹਾਰਾ ਦੇਣਾ ਭੈਣ ਹੈ ਭੈਣ ਦੇ ਕੀ ਫਰਜ਼ ਨੇਗੇ ਭੈਣ ਆਪਣੇ ਭਰਾ ਦੇ ਲਈ ਕਿਵੇਂ ਖੜਦੀ ਹੈ ਜਦੋਂ ਬਚਪਨ ਸੀ ਮਾਂ ਪਿਓ ਦਾ ਕਿੰਨਾ ਪਿਆਰ ਸੀਗਾ ਕੀ ਆਪਣੇ ਰੁੱਤਾਂ ਦੇ ਹਿਸਾਬ ਨਾਲ ਜਿਵੇਂ ਮੈਂ ਤੁਹਾਨੂੰ ਕਿਹਾ ਬੜੀ ਕਮਾਲ ਗੱਲ ਹੈ ਉਹ ਜਿਵੇਂ ਰੁੱਤਾਂ ਬਦਲਦੀਆਂ ਹਾਂਜੀ ਹਾਂਜੀ ਉਵੇਂ ਬੰਦਾ ਦੁੱਖ ਸੁੱਖ ਹੰਡਾਉਂਦਾ ਜੀ ਉਸ ਚੀਜ਼ ਨੂੰ ਇਹਦੇ ਵਿੱਚ ਕਹਿੰਦੇ ਵੀ ਮੈਂ ਤੁਹਾਡੀ ਪਰਸਨਲ ਲਾਈਫ ਨਾਲ ਵੀ ਰਿਲੇਟ ਕਰ ਰਿਹਾ ਜਿਵੇਂ ਰੁੱਤਾਂ ਬਦਲਦੀਆਂ ਉਵੇਂ ਬੰਦਾ ਦੁੱਖ ਸੁੱਖ ਹੰਡਾਉਂਦਾ ਜ਼ਿੰਦਗੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਮੇਰੇ ਰਿਸ਼ਤਿਆਂ ਨੂੰ ਲੈ ਕੇ ਜੀ ਮੇਰੇ ਤਜਰਬੇ ਬਹੁਤ ਵਧੀਆ ਨਹੀਂ ਰਹੇ ਨਹੀਂ ਨਾ ਜਮੇ ਨਹੀਂ ਧੋਖੇ ਹੀ ਖਾਧੇ ਨੇ ਮੈਂ ਵਿਸ਼ਵਾਸ ਕਰ ਲੈਣਾ ਜਲਦੀ ਤੇ ਥੋੜ੍ਹਾ ਜਿਹਾ ਇਮੋਸ਼ਨਲ ਹਾਂ ਤੇ ਪਰ ਮੈਂ ਇਹ ਕਹਿਣਾ ਜੀ ਮੈਂ 10 ਦੇ ਵਿੱਚੋਂ ਐਜ਼ ਅ ਹਿਊਮਨ ਬੀਇੰਗ ਮੈਂ 9.5 ਨੰਬਰ ਤਾਂ ਮੈਂ ਆਪਦੇ ਆਪ ਨੂੰ ਦਿੰਦਾ ਮੈਂ 99 ਵੀ ਦੇ ਦੂੰ ਪਰ 5 ਕਦੇ ਹਰ ਇੱਕ ਕੋਈ ਪਰਪੱਖ ਨਹੀਂ ਹੁੰਦਾ ਹੈਗਾ ਕਿਤੇ ਨਾ ਕਿਤੇ ਪਰ ਮੈਂ ਹੈਗਾ ਜੀ ਮਾੜਾ ਨਹੀਂ ਕੀਤਾ ਕਦੇ ਕਿਸੇ ਦਾ ਚਾਹ ਕੇ ਤਾਂ ਨਹੀਂ ਚਾਹ ਕੇ ਨਹੀਂ ਕੀਤਾ ਮੈਨੂੰ ਲੱਗਦਾ ਅਣਚਾਹਿਆ ਵੀ ਨਹੀਂ ਕਦੇ ਹੋਇਆ ਹੋਣਾ ਉਹ ਮਤਲਬ ਹੋ ਸਕਦਾ ਵੀ ਮੈਂ ਕੁਛ ਇੱਦਾਂ ਦਾ ਐਕਸ਼ਨ ਕਰ ਲਿਆ ਹੋਵੇ ਉਹਦੇ ਦੂਜੇ ਲਈ ਮਾੜਾ ਲੱਗਿਆ ਹੋਵੇ ਉਹਨੂੰ ਪਰ ਮੈਂ ਆਪਣੇ ਵੱਲੋਂ ਨਹੀਂ ਜੀ ਕਦੇ ਕੀਤਾ ਉਹ ਨੀਂਦ ਨਹੀਂ ਆਉਂਦੀ ਹੈਗੀ ਜਿਵੇਂ ਮੈਂ ਮੇਰਾ ਸਟਾਫ ਬੋਆਏ ਆ ਫੋਰ ਐਗਜ਼ਾਮਪਲ ਉਹਨੂੰ ਕਿਸੇ ਗੱਲ 'ਤੇ ਮਾੜਾ ਝਿੜਕਤਾ ਕਈ ਵਾਰ ਤੁਸੀਂ ਛੂਟ 'ਤੇ ਇੰਨਾ ਚੀਜ਼ਾਂ ਹੁੰਦੀਆਂ ਨੇ ਕੋਈ ਗਲਤੀ ਇੱਕੋ ਦਮ ਮੈਂ ਬਾਅਦ 'ਚ ਮਾਫ਼ੀ ਮੰਗ ਲੈਣਾ ਯਾਰ ਮੈਂ ਪਹਿਲਾਂ ਵੀ ਕਹਿ ਦੇਣਾ ਵੀ ਮੇਰਾ ਕਈ ਵਾਰ ਪਤਾ ਨਹੀਂ ਲੱਗਦਾ ਕਿਉਂਕਿ ਉਹਨਾਂ ਗੁੱਸਾ ਆ ਜਾਂਦਾ ਹੋ ਜਾਂਦਾ ਵੀ ਉਹਨੂੰ ਤੁਸੀਂ ਸੀਰੀਅਸ ਨਾ ਲਿਓ ਅਤੇ ਇੱਕ ਅੱਧੀ ਵਾਰੀ ਹੋਇਆ ਫਿਰ ਮੈਂ ਰਾਤ ਨੂੰ ਫਿਰ ਨੀਂਦ ਨਹੀਂ ਆਈ ਯਾਰ ਵੀ ਛੋਟੀ ਗੱਲ ਤਾਂ ਛੋਟੀ ਜਿਹੀ ਵੀ ਸੀਗੀ ਖੈਰ ਜੋ ਕਿਉਂਕਿ ਸੌਣ ਤੋਂ ਪਹਿਲਾਂ ਆਪਾਂ ਆਪਣੇ ਨਾਲ ਜਿਹੜਾ ਪੂਰਾ ਦਿਨ ਕਿਉਂ ਕਹਿਤਾ ਬਈ ਕਿਉਂ ਹੋ ਗਿਆ ਛੋਟੀ ਜਿਹੀ ਗੱਲ ਹੈ ਨਾ ਸੋ ਉਹ ਮੈਨੂੰ ਪਿੰਚ ਕਰਦੀ ਰਹਿੰਦੀ ਜਦਕਿ ਹੋਣੀ ਨਹੀਂ ਚਾਹੀਦੀ ਹੈਗੀ ਕਿਉਂਕਿ ਐਡੀ ਵੱਡੀ ਗੱਲ ਨਹੀਂ ਉਹ ਫਿਰ ਸੋਚਣਾ ਫਿਰ ਉਹ ਤੁਹਾਡੇ ਚਿਹਰੇ ਤੇ ਦੇਖਣ ਲੱਗ ਜਾਂਦਾ ਜੀ ਸਿਹਤ ਲਈ ਚੰਗਾ ਨਹੀਂ ਹੈਗਾ ਜ਼ਿਆਦਾ ਹੋਇਆ ਹੈ ਨਾ ਓਵਰ ਥਿੰਕਰ ਜਿਹਨੂੰ ਕਹਿੰਦੇ ਆਪਾਂ ਤੇ ਬਟ ਕੀ ਕਰੀਏ ਜੀ ਮੈਂ ਕੋਸ਼ਿਸ਼ ਵੀ ਕੀਤੀ ਆਪਦੇ ਆਪ ਨੂੰ ਚੇਂਜ ਕਰਨ ਦੀ ਪੰਜਾਬ 'ਚ ਕਿਹਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਬਾਈ ਪੰਜਾਬ 'ਚ ਜੀ ਸਾਰੀ ਜਿਹੜੇ ਵੀ ਆਪਣੇ ਚੰਗੇ ਹੁਣ ਪਤਾ ਨਹੀਂ ਜਿਹੜਾ ਉਸ ਪੱਧਰ ਦਾ ਲੱਗਦਾ ਕੋਈ ਤੁਹਾਨੂੰ ਕਿ ਜਿਸ ਲੈਵਲ ਤੇ ਤੁਸੀਂ ਜ਼ਿੰਦਗੀ 'ਚ ਕੰਮ ਕੀਤਾ ਕਿ ਇਸ ਪੱਧਰ ਦਾ ਆਹ ਬੰਦਾ ਇਹਦੇ ਨਾਲ ਮੈਂ ਕੰਮ ਕਰਨਾ ਨਹੀਂ ਹੈਗੇ ਨੇ ਹਰ ਇੱਕ ਦਾ ਜ਼ੋਨਰ ਆਪਣਾ ਆਪਣਾ ਬਹੁਤ ਚੰਗੇ ਮੇਕਰਸ ਹੈਗੇ ਨੇ ਡਾਇਰੈਕਟਰਸ ਹੈਗੇ ਨੇ ਰੋਹਿਤ ਜੁਗਰਾਜ ਹੈਗੇ ਨੇ ਨਵਨੀਤ ਵਧੀਆ ਕੰਮ ਕਰ ਰਿਹਾ ਤੇ ਸਮੀਪ ਕੰਗ ਬਾਈ ਜੀ ਜੇ ਆਪਾਂ ਕਾਮੇਡੀ 'ਚ ਕਿਉਂਕਿ ਹਰ ਇੱਕ ਦੀ ਜ਼ੋਨਰ ਦੇ ਵਿੱਚ ਹਰ ਇੱਕ ਦੀ ਆਪਣੀ ਆਪਣੀ ਪਕੜ ਹੈ ਮਨੀਸ਼ ਭੱਟ ਨੇ ਹੁਣ ਕਈ ਫਿਲਮਸ ਕੀਤੀਆਂ ਵਧੀਆ ਤੇ ਜਗਪਾਲ ਮੈਨੂੰ ਨਾਮ ਨਹੀਂ ਪਤਾ ਹੋਣੇ ਕਈ ਉਹਨਾਂ ਨੇ ਦਾਣਾ ਪਾਣੀ ਇੱਕ ਉਹਨਾਂ ਨੇ ਫਿਲਮ ਕੀਤੀ ਸੀਗੀ ਮੁੰਡੇ ਉਹ ਹੈਗੇ ਨੇ ਸੋ ਟੈਲੈਂਟ ਬਹੁਤ ਹੈ ਜਿੰਨੀਆਂ ਮੈਂ ਫਿਲਮਸ ਦੇਖੀਆਂ ਨੇ ਬਹੁਤ ਸੋਹਣਾ ਮਤਲਬ ਵੀ ਉਹਨਾਂ ਨੇ ਕੰਮ ਕੀਤਾ ਹੋਇਆ ਸੋ ਸਾਰੇ ਨਾਲ ਮੈਨੂੰ ਹੈਗਾ ਜੀ ਮੌਕਾ ਮਿਲੇ ਪਰ ਇਹ ਹੈ ਵੀ ਇੰਨੀ ਜ਼ਿੱਦ ਹੈ ਵੀ ਜੇ ਉਹ ਬੰਦਾ ਸਾਹਮਣੇ ਬੈਠ ਕੇ ਮੇਰੇ ਨਾਲ ਡਿਸਕਸ ਕਰੇ ਵੀ ਉਹ ਪਤਾ ਨਹੀਂ ਹੁਣ ਖੈਰ ਉਹ ਸ਼ਾਇਦ ਉੱਦਾਂ ਕੰਮ ਕਰਦੇ ਹੋਣਗੇ ਪਰ ਮੈਨੂੰ ਖੁਸ਼ੀ ਹੋਊਗੀ ਪਰ ਅੱਜ ਤੱਕ ਕੋਈ ਖਾਸ ਐਕਟਰਸ ਹੀਰੋਇਨ ਕੋਈ ਐਸੀ
ਚੰਗੀ ਲੱਗਦੀ ਹੈ, ਜਿਹਦਾ ਕੰਮ ਚੰਗਾ ਲੱਗਦਾ ਤੁਹਾਨੂੰ? ਇੱਥੇ ਐਕਚੁਅਲੀ ਭਾਅ ਜੀ ਉਹ ਬਣਾਉਂਦੇ ਨੇ ਜਿਹੜਾ ਆਪਣਾ ਨਾ, ਉਹ ਮਾਰਕੀਟ ਦੇ ਹਿਸਾਬ ਨਾਲ ਸੈਟਅਪ ਬਣਾਉਂਦੇ ਨੇ, ਜਾਂ ਮੇ ਬੀ ਤੁਹਾਡੇ ਰਿਲੇਸ਼ਨਸ ਨੇਗੇ, ਜਾਂ ਤੁਸੀਂ ਪਹਿਲਾਂ ਕੰਮ ਕੀਤਾ ਹੋਇਆ ਹੈ। ਨੈਕਸਸ ਕਹੋ ਫਿਰ ਤਾਂ, ਜੋ ਮਰਜ਼ੀ ਲਾ ਲਓ ਜੀ, ਨਾਮ ਕੋਈ ਮਰਜ਼ੀ ਦੇ ਦੀ ਆਪਾਂ। ਸੋ ਨਹੀਂ ਪਰ ਕੋਈ ਇੱਕ ਸਪੈਸੀਫਿਕ ਕੋਈ ਨਹੀਂ ਹੈਗੀ। ਵੈਸੇ ਇਹ ਗੱਲ ਮੈਂ ਪੁੱਛਦਾ ਨਹੀਂ ਹੁੰਦਾ, ਪਰ ਤੁਹਾਡੇ ਪੁਆਇੰਟ ਆਫ ਵਿਊ ਤੋਂ ਜਾਣਨਾ ਚਾਹੁੰਦਾ ਕਿ ਬੰਦਾ ਜਦੋਂ ਆਪਦੇ ਪੰਜਾਬ 'ਚ ਵਾਪਸ ਆ ਕੇ ਪੰਜਾਬ ਲਈ ਕੰਮ ਕਰਨਾ ਚਾਹ ਰਿਹਾ ਤਾਂ ਉਹਦਾ ਕੀ ਥੋਟ ਹੁੰਦਾ ਹੈ? ਭਾਅ ਜੀ ਮੈਨੂੰ ਇਸ ਤਰੀਕੇ ਮੇਰਾ ਕਿਸੇ ਦੇ ਨੇ, ਪਰ ਹਾਂ ਮੈਨੂੰ ਇਹ ਜ਼ਰੂਰ ਹੈ ਵੀ ਜਿਹੜੇ ਟੋਪ ਰੈਂਕ ਜਿਨ੍ਹਾਂ ਨੂੰ ਦਿੱਤਾ ਗਿਆ ਹੈਗਾ, ਨੀਰੂ ਬਾਜਵਾ ਨੇ ਜਾਂ, ਹਾਂਜੀ ਹਾਂ ਨੀਰੂ ਬਾਜਵਾ ਦੇ ਨਾਲ ਮੈਂ ਹੁਣ ਕੰਮ, ਹਾਂ ਸਰਗੁਣ, ਸਰਗੁਣ ਅੱਜ ਕੱਲ੍ਹ ਬਹੁਤ ਚੰਗਾ ਕੰਮ ਕਰ ਰਹੀ ਹੈ। ਸਿਮੀ ਚਹਿਲ ਸ਼ਾਨਦਾਰ, ਹਾਂਜੀ ਹਾਂ, ਹਿਊਮਨ ਬੀਇੰਗ ਔਰ ਸ਼ਾਨਦਾਰ ਐਕਟਰੈਸ। ਹਾਂਜੀ ਹਾਂ ਸਿਮੀ ਚਹਿਲ, ਮੈਨੂੰ ਐ ਵੀ ਚਹਿਲ ਚਹਿਲ ਹੋ ਜਾਣ, ਤਾਂ ਸਿਮੀ ਚਹਿਲ ਬਹੁਤ ਵਧੀਆ ਕਲਾਕਾਰ ਨੇ, ਤੇ ਆਪਣਾ ਨੀਰੂ, ਨੀਰੂ ਬਾਜਵਾ, ਉਹਨਾਂ ਨਾਲ ਤਾਂ ਮੇਰੀ ਖੈਰ ਚਲੋ ਤਜਰਬਾ ਹੈਗਾ ਪਿੰਕੀ ਮੋਗੀ ਵਾਲੀ ਦਾ। ਜੀ ਜੀ ਜੀ, ਤੇ ਬਸ ਬਾਕੀ ਜੀ ਜਿਹੜਾ ਮੌਕੇ ਦੇ ਉੱਤੇ ਟੌਪ ਦੇ ਹੋਣਗੇ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ। ਬਾਈ ਬਹੁਤ ਧੰਨਵਾਦ, ਆਸ ਕਰਦੇ ਹਾਂ ਕਿ ਸੰਗਰਾਂਦ ਲੋਕਾਂ ਦੇ ਦਿਲਾਂ 'ਚ ਵਸੇ ਜੀ, ਔਰ ਚੰਗਾ ਸਿਨੇਮਾ ਜਿਹੜਾ, ਔਰ ਤੁਸੀਂ ਖਾਸ ਤੌਰ 'ਤੇ ਜਿੰਨੀ ਮਿਹਨਤ ਜ਼ਿੰਦਗੀ 'ਚ ਕੀਤੀ ਹੈ ਉਹ ਹਰ ਪੰਜਾਬੀ 'ਚ ਤੁਸੀਂ ਪਹਿਲਾਂ ਹੀ ਲੋਕਾਂ ਦੇ ਦਿਲਾਂ 'ਚ ਵਸਦੇ ਹੋ, ਪਰ ਆਪਣੀਆਂ ਫਿਲਮਾਂ ਦੇ ਜ਼ਰੀਏ ਹੋਰ ਮਾਰਕਾ ਮਾਰੋ। ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਬਸ ਮੈਂ ਇੰਨਾ ਕਹਿਣਾ ਚਾਹੁੰਦਾ ਜੀ ਵੀ ਇੱਥੇ ਨਾ ਸਪੋਰਟਿਵ ਹੋਣੇ ਚਾਹੀਦੇ ਆ, ਛੋਟੀ ਜਿਹੀ ਆਪਣੀ ਇੰਡਸਟਰੀ ਹੈ, ਲੱਤਾਂ ਖਿੱਚਣ ਵਾਲੇ ਵੱਧ ਨੇ। ਮੈਨੂੰ ਹੁਣ ਬਹੁਤ ਤਜਰਬੇ ਹੋਏ, ਪਤਾ ਲੱਗਿਆ ਕਿੱਥੋਂ ਕਿੱਥੋਂ ਰਾਜਨੀਤੀਆਂ ਕਿਵੇਂ ਹੁੰਦੀਆਂ ਨੇਗੀਆਂ, ਵੀ ਚੀਜ਼ ਅੱਗੇ ਨਾ ਆ ਜਾਏ। ਇੱਕ ਪ੍ਰੋਡਕਸ਼ਨ ਹਾਊਸ ਨੇ ਸੇਮ ਦਿਨ ਦੋ ਫਿਲਮਾਂ ਅਨਾਊਂਸ ਕਰਤੀਆਂ, ਪਤਾ ਨਹੀਂ ਰਿਲੀਜ਼ ਕੀਤੀਆਂ ਨੇ ਕਿ ਨਹੀਂ ਕੀਤੀਆਂ, ਸੇਮ ਡਾਇਰੈਕਟਰ, ਸੇਮ ਪ੍ਰੋਡਿਊਸਰ, ਕੋਈ ਪਬਲਿਸਿਟੀ ਨਹੀਂ ਹੈਗੀ ਉਸ ਫਿਲਮ ਦੀ, ਪਰ ਉਹ ਡੇਟ ਦੀ ਇੱਕ ਆ ਗਈ ਵੀ ਇਸ ਡੇਟ ਨੂੰ ਦੋ ਫਿਲਮਾਂ, ਉਦੋਂ ਐਂ ਲੱਗਦਾ ਵੀ ਸ਼ਾਇਦ ਸ਼ੋਅ ਤੋੜਨੇ ਹੋਣਗੇ। ਸੋ ਇਹੀ ਹੈ, ਨਹੀਂ ਅਦਰਵਾਈਜ਼ ਵਿਦਆਊਟ ਪਬਲਿਸਿਟੀ ਕੌਣ ਫਿਲਮ ਰਿਲੀਜ਼ ਕਰੂਗਾ, ਜਾਂ ਫਿਰ ਉਹਨਾਂ ਦੇ ਕੀ ਮਜਬੂਰੀਆਂ ਨੇ ਮੈਨੂੰ ਤਾਂ, ਪਰ ਮੈਨੂੰ ਇਹ ਸਮਝ ਆਉਂਦਾ ਵੀ ਸ਼ਾਇਦ ਇਹ ਚੀਜ਼ਾਂ ਨੇ। ਹੁਣ ਹੋਰ ਵੀ ਮੈਂ ਚੀਜ਼ਾਂ ਦੇਖੀਆਂ ਡਿਊਰਿੰਗ ਸਾਡੀ PR ਦੇ ਦੌਰਾਨ, ਬਹੁਤ ਚੀਜ਼ਾਂ ਹੋਈਆਂ, ਸ਼ੋਜ਼ ਨੇ, ਸ਼ੋਜ਼ ਵੀ ਪ੍ਰੋਪਰ, ਹੁਣ ਸਵੇਰੇ 10 ਵਜੇ ਜੁੱਟ ਕੇ ਕਿਹੜਾ, ਰਾਤ ਨੂੰ 10:45 'ਤੇ ਕਿਹੜਾ ਜਾਊਗਾ ਜੀ। ਸੋ ਇਹ ਚੀਜ਼ਾਂ ਕਾਫੀ ਉਹ ਹੈਗੀਆਂ ਨੇਗੀਆਂ ਜੋ, ਪਰ ਲੱਗੇ ਹੋਏ ਜੀ, ਕੋਈ ਗੱਲ ਨਹੀਂ, ਇੱਥੇ ਵਾਹਿਗੁਰੂ ਜੀ ਨੇ। ਪਰ ਸੰਗਰਾਂਦ ਫਿਲਮ ਬਣੀ ਬਹੁਤ ਵਧੀਆ, ਮੈਂ ਓਨੈਸਟਲੀ ਕਹਿਣਾਗਾ ਵੀ ਜੇ ਤੁਸੀਂ ਦੇਖੋਗੇ, ਮੈਨੂੰ ਲੱਗਦਾ ਨਹੀਂ ਵੀ ਕੋਈ ਤੁਹਾਨੂੰ ਇੱਦਾਂ ਦੀ ਚੀਜ਼ ਲੱਗੂ ਵੀ ਯਾਰ ਆਹ ਕੀ ਬਣਾਤਾ। ਸੋ ਕੋਸ਼ਿਸ਼ ਕਰਿਓ ਜੀ ਜੇ ਤੁਹਾਡੇ, ਜ਼ਰੂਰ ਦੇਖਣ ਜਾਓ, ਅਸੀਂ ਵੀ ਕਹਿੰਦੇ ਹਾਂ ਕਿ ਜ਼ਰੂਰ ਦੇਖਣ ਜਾਓ ਸੰਗਰਾਂਦ। ਅਸੀਂ ਨਿੱਜੀ ਤੌਰ ਦੇ ਉੱਤੇ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਬਹੁਤ ਵੱਡੇ ਲੋਕ ਜਦੋਂ ਦੋ ਕਹਿ ਲਓ ਕਿ ਸਾਂਝ ਭਿੜਦੇ ਆ ਤਾਂ ਫਿਰ ਜਿੱਤ ਇੱਕ ਦੀ ਹੁੰਦੀ ਹੈ, ਪਰ ਦੂਜਾ ਵੀ ਜੇ ਇਕੁਅਲੀ ਗੁੱਡ ਪਰਫੋਰਮ ਕਰਦਾ ਤਾਂ ਉਹਦੇ ਵਾਸਤੇ ਵੀ ਤਾੜੀਆਂ ਤਾਂ 4 ਵੱਜਣੀਆਂ ਚਾਹੀਦੀਆਂ। ਇਸ ਕਰਕੇ ਚੰਗੇ ਦੀ ਪਰਖ ਰੱਖੋ, ਚੰਗਾ ਅਤੇ ਮਾੜਾ ਦੋਨੋਂ ਪਹਿਲੂ। ਕਈ ਵਾਰੀ ਮਾੜਾ ਜਿੱਤ ਵੀ ਜਾਂਦਾ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਸਾਡੀ ਇਹ ਕੋਸ਼ਿਸ਼ ਹੈ। ਕਹਿ ਦਿੰਦੇ ਆ ਜੀ, ਪਰ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਡਬਲ ਸਟੈਂਡਰਡਸ ਕਿਉਂ ਨੇ। ਵੀ ਸਾਨੂੰ ਜੀ ਚੰਗਾ ਸਿਨੇਮਾ ਚਾਹੀਦਾ, ਸਾਨੂੰ ਆਹ ਚਾਹੀਦਾ, ਉਹ ਚਾਹੀਦਾ, ਜਾਂਦੇ ਫਿਰ ਵੀ ਨਹੀਂ, ਕਈ ਹੋਰ ਵੀ ਬੜੀਆਂ ਚੰਗੀਆਂ। ਪਰ ਹੋ ਸਕਦਾ ਬਾਈ ਲੋਕਾਂ ਤੱਕ ਗੱਲ ਹੀ ਨਾ ਪਹੁੰਚੀ ਹੋਵੇ। ਹਾਂ ਇਹ ਹੈ, ਇਹ ਮੈਂ ਜ਼ਰੂਰ ਮੰਨਦਾ। ਮੈਨੂੰ ਦੇਖੋ ਸੰਗਰਾਂਦ ਸਾਰਾ ਦਿਨ ਜੋ ਮੇਰੇ ਸਾਹਮਣੇ ਦਿਖਾਇਆ ਜਾ ਰਿਹਾ, ਮੈਨੂੰ ਪਤਾ ਹੀ ਨਹੀਂ ਲੱਗੇ। ਦੇਖੋ ਇਹ ਮਾਰਕੀਟਿੰਗ ਹੈ, ਬਿਜ਼ਨਸ ਹੈ ਜੀ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹੂੰਗਾ, ਉਹਨਾਂ ਨੇ ਪ੍ਰੋਡਕਟ ਬਣਾਇਆ, ਮਿਹਨਤ ਕੀਤੀ ਹੈ, ਉਹਨਾਂ ਨੂੰ ਵੇਚਣਾ ਆਇਆ, ਉਹਨਾਂ ਨੂੰ ਵੇਚਣਾ ਆ ਗਿਆ, ਉਹਨਾਂ ਨੇ ਵੇਚਤਾ, ਸ਼ਾਇਦ ਦੂਜੇ ਨੇ ਨਹੀਂ ਚੰਗਾ ਵੇਚਿਆ, ਭਾਵੇਂ ਉਹ ਕਿੰਨਾ ਹੀ ਵਧੀਆ। ਮੈਂ ਉਹੀ ਕਹਿੰਦਾ ਜੀ ਸੰਗਰਾਂਦ, ਮੈਂ ਹੁਣ ਸਾਡੇ ਗੁਆਂਢੀ ਪਿੱਛੇ, ਉਹਨਾਂ ਨੂੰ ਨਹੀਂ ਪਤਾ ਹੈਗਾ, ਕਹਿੰਦੇ ਅੱਛਾ ਸੰਗਰਾਂਦ ਫਿਲਮ ਆ ਰਹੀ ਹੈ। ਹੁਣ ਸਾਡੇ ਬਜ਼ੁਰਗ ਕੇਸ਼ ਨਿਖਾਰ ਨਾਲ ਸਿਰ ਧੋਂਦੇ ਸੀ ਤੇ ਆਨੰਦ ਲੈਂਦੇ ਸੀ,
ਤੇ ਜਦੋਂ ਤੋਂ ਸ਼ੈਂਪੂ ਸਨਸਿਲਕ ਤੇ ਹੋਏ ਕੇਸ਼ ਨਿਖਾਰ ਕਿੱਥੇ ਰਹਿ ਗਿਆ ਜੀ 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 ਤੇ ਜਿਹੜੇ ਪ੍ਰੋਡਕਟ ਆ ਗਏ ਉਹਨਾਂ ਦੀ ਮਾਰਕੀਟਿੰਗ ਚੰਗੀ ਹੋਈ ਲੋਕ ਉਹ 1000 ਰੁਪਏ ਦਾ ਵੀ ਖਰੀਦਦੇ ਆ ਬਿਲਕੁਲ ਤੀਆਂ ਦਾ ਕੇਸ਼ ਨਿਖਾਰ ਖਰੀਦਦੇ ਹੀ ਨਹੀਂ ਹੁਣ ਹਾਂਜੀ ਮੈਂ ਤਾਂ ਰਾਜ ਸਾਬਣ ਜਿਹੜਾ ਹੁੰਦਾ ਸੀਗਾ ਕੱਪੜੇ ਧੋਣੇ ਵਾਲਾ ਮੈਂ ਤਾਂ ਉਹਦੇ ਨਾਲ ਵੀ ਹਾਂ ਪਰ ਲੋਕ ਡਵ ਖਰੀਦਦੇ ਨਾ ਕਿਉਂਕਿ ਉਹਦੀ ਮਸ਼ਹੂਰੀ ਵੱਧ ਹੈ ਸ਼ਾਹਰੁਖ ਖਾਨ ਆ ਕੇ ਜਦੋਂ ਮਲਦਾ ਤੇ ਉਹ ਤਾਂ ਕਰੀਏ ਘੰਟਾ ਤਾਂ ਲਾਦੇ ਜਿਵੇਂ ਤੇਲ ਲਾਇਆ ਹੁੰਦਾ ਉਤਰਦਾ ਹੀ ਨਹੀਂ ਹੈਗਾ ਗਲਿਸਰੀਨ ਜੀ ਤਾਂ ਇਸ ਕਰਕੇ ਵੇਚਣਾ ਵੀ ਆਉਣਾ ਚਾਹੀਦਾ ਇਹ ਵੀ ਬਹੁਤ ਲਾਜ਼ਮੀ ਹੈ ਮਾਰਕੀਟਿੰਗ ਦੇਖੋ ਫਿਲਮ ਜਦੋਂ ਬਣਦੀ ਹੈ ਨਾ ਉਹਨਾਂ ਨੂੰ ਇੱਕ ਮਾਰਕੀਟਿੰਗ ਦੇ ਲਈ ਇੱਕ ਅਲੱਗ ਉਹ ਰੱਖਣਾ ਚਾਹੀਦਾ ਬਜਟ ਹੁਣ ਮੈਂ ਤੁਹਾਡੇ ਜ਼ਰੀਏ ਚਲੋ ਠੀਕ ਹੈ ਮੈਂ ਰਿਸਪੈਕਟ ਕਰਦਾ ਜੀ ਵੀ ਇੱਦਾਂ ਦੇ ਬੰਦੇ ਹੈਗੇ ਨੇ ਜਿਹੜੇ ਖੜੇ ਨੇ ਮੈਂ ਓਨੈਸਟਲੀ ਮੈਂ ਸਾਰਿਆਂ ਨੂੰ ਕਿਹਾ ਬਾਈ ਜੀ ਨਾਲ ਗੱਲ ਹੋਈ ਇੱਕੋ ਦਮ ਇਹਨਾਂ ਨੇ ਹਾਂ ਕੀਤੀ ਜਦਕਿ ਪ੍ਰੋਫੈਸ਼ਨਲ ਨੇਗੇ ਬਾਈ ਜੀ ਪਰ ਹੁਣੇ ਵੀ ਚਾਹੀਦੇ ਨੇ ਜੀ ਜੇ ਹੁਣ ਸਾਰੇ ਜਾਣੇ ਏਦਾਂ ਉਹ ਕਰ ਰਹੇ ਹੈਗੇ ਨੇ ਕੋਈ ਦੇਸ਼ ਸੇਵਾ ਤਾਂ ਹੈ ਨੀ ਜੀ ਮੁਨਾਫੇ ਦੀ ਖੇਡ ਦੇਖੋ ਕਰਦੇ ਹੁਣ ਤੁਸੀਂ ਆਹ ਤੁਹਾਡੇ ਇਨਪੁਟਸ ਹੀ ਨੇ ਜਿਹੜੇ ਤੁਸੀਂ ਕਰ ਰਹੇ ਹੋ ਇਹ ਵੀ ਇੱਕ ਤਰੀਕੇ ਦੀ ਮੈਂ ਕਹਿੰਦਾ ਤੁਹਾਡੀ ਚਲੋ ਚੰਗੀ ਗੱਲ ਹੈ ਜੀ ਵੀ ਤੁਸੀਂ ਖੜੇ ਹੋ ਨਾਲ ਜੇ ਤੁਹਾਨੂੰ ਕੰਟੈਂਟ ਚੰਗਾ ਲੱਗਿਆ ਹਨਾ ਬਟ ਇੱਥੇ ਮੈਂ ਜਦੋਂ ਉਹ ਪਹਿਲਾਂ ਮੈਂ ਕਿਹਾ ਨਾ ਵੀ ਆਪਾਂ ਜੀ ਆਹ ਬੰਦੇ ਵਧੀਆ ਨੇ ਚੰਗੇ ਗੱਲਬਾਤ ਕਰਕੇ ਵੀ ਮਜ਼ਾ ਆਉਂਦਾ ਵੀ ਆਪਾਂ ਜ਼ਰੂਰ ਇਹਨਾਂ ਨੂੰ ਆਪਾਂ ਕਵਰ ਕਰਾਂਗੇ ਇਹਨਾਂ ਦੀ ਰੀਚ ਬਹੁਤ ਵਧੀਆ ਸਾਡੀ ਚੰਗੀ ਲੋਕਾਂ ਤੱਕ ਗੱਲ ਪਹੁੰਚ ਜੂ ਉੱਥੇ ਬਜਟ ਦਾ ਇਸ਼ੂ ਆ ਜਾਂਦਾ ਪਰ ਫਿਰ ਉਹੀ ਹੈ ਨਾ ਮਾਰਕੀਟਿੰਗ ਵਾਲੀ ਗੱਲ ਵੀ ਜੇ ਤੁਸੀਂ ਚੀਜ਼ ਵੇਚਣੀ ਹੈ ਜਦ ਬਣਾਉਣ ਵੇਲੇ ਆਪਾਂ ਨੂੰ ਪਹਿਲਾਂ ਇੱਕ ਧਿਆਨ 'ਚ ਰੱਖਣਾ ਚਾਹੀਦਾ ਵੀ ਆਹ ਚੀਜ਼ ਦੇ ਉੱਤੇ ਆਪਾਂ ਜ਼ਰੂਰ ਵਰਕ ਕਰਾਂਗੇ ਉਹ ਫਿਰ ਇੱਧਰੋਂ ਉੱਧਰੋਂ ਕਿਤੋਂ ਐਡਜਸਟ ਕਰਕੇ ਕਰੋ ਉਸ ਚੀਜ਼ ਨੂੰ ਕਿਉਂਕਿ ਜੇ ਚੀਜ਼ ਜੰਗਲ ਮੇ ਮੋਰ ਨਾਚਾ ਕਿਸ ਨੇ ਦੇਖਾ ਜੇ ਪਤਾ ਹੀ ਨੀ ਲੱਗਿਆ ਜੀ ਚੰਗੀ ਨੱਚਿਆ ਵੀ ਹੈ ਕਿ ਨਹੀਂ ਵੀ ਨੱਚਿਆ ਵੀ ਹੈ ਕਿ ਨਹੀਂ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਲੋਕ ਜਾਣ ਇਹ ਫਿਲਮ ਦੇਖਣ ਔਰ ਗੈਵੀ ਚਾਲ ਚੰਗੇ ਇਨਸਾਨ ਨੇ ਚੰਗਾ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਧੰਨਵਾਦ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ